तार नहीं जुड़े जी। डॉक्टर महेंद्र सिंह जी बस 2 मिनट से ज्वाइन कर रहे हैं। हाँ जी, जे आप जी दी आ गए हो तो शुरू करिए। एक दूजे ने आवाज सुन रही है सारे ने जी? हाँ जी आवाज सुन रही है। आवाज से बिल्कुल स्पष्ट है जी, प्रसा बिल्कुल ठीक है जी। आवाज थोड़ी भी स्पष्ट है जी। डॉक्टर प्रवीण कुमार जी? हाँ जी सर, आ रही है आवाज तक। ओ गुड गुड। आप परमिंदर सोडी भी ज्वाइन कर गए ने? हाँ जी हाँ जी, मैं आ गया जनाब। वेलकम वेलकम। हाँ जी, बहुत चंगा लगे। ਕਿੰਨੇ ਘੰਟੇ ਦਾ ਫਰਕ ਹੈ ਆਪਣਾ ਜਾਪਾਨ ਤੋਂ? ਤੇ 3.5 ਘੰਟੇ ਦਾ ਜੀ। ਇਸ ਵੇਲੇ ਮੇਰੇ ਕੋਲੇ 7:30 ਹੋਏ ਆ, 4:15 ਠੀਕ ਟਾਈਮ ਹੈ। ਠੀਕ ਟਾਈਮ ਹੈ। ਹਾਂ ਜੀ ਹਾਂ ਜੀ ਠੀਕ ਹੈ। ਹਾਂ ਜੀ ਸ਼ੁਰੂ ਕਰਦੇ ਹਾਂ ਜੀ। ਚੰਗੀ ਗੱਲ ਹੈ ਕਿ ਸਾਡੇ ਦੋਸਤ ਸਾਡੇ ਜਾਪਾਨ ਤੋਂ ਵੀ ਜੁਆਇਨ ਕਰ ਗਏ ਹਨ, ਪਰਮਿੰਦਰ ਸੋਢੀ। ਅੱਜ ਦੀ ਪੁਸਤਕ ਚਰਚਾ ਵਿੱਚ ਸਾਡੇ ਨਾਲ ਸ਼ਾਮਿਲ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ, ਡਾਕਟਰ ਪ੍ਰਵੀਨ ਕੁਮਾਰ। ਦੋ ਪੁਸਤਕ ਦੇ ਲੇਖਕ ਹਨ, ਪਰਮਜੀਤ ਪਰਮਿੰਦਰ ਸੋਢੀ ਤੇ ਤਨਦੀਪ ਤਮੰਨਾ। ਤਮੰਨਾ ਜਿਹੜੇ ਹਨ ਕੈਨੇਡਾ ਹਨ। ਆਈ ਥਿੰਕ ਟਾਈਮ ਜ਼ੋਨ ਐਸਾ ਹੈ ਕਿ ਸਾਡੇ ਨਾਲ ਜੁਆਇਨ ਨਹੀਂ ਕਰ ਰਹੇ, ਕਿਉਂਕਿ ਉਹ ਸਾਨੂੰ ਖੁਸ਼ੀ ਹੈ। 3 ਵਜੇ ਨੇ ਜੀ ਉੱਥੇ, ਮਿਡਨਾਈਟ ਹੋਣੀ ਹੈ ਨਾ? ਹਾਂਜੀ ਹਾਂਜੀ, ਸਵੇਰ ਆਸ ਕਰਦੇ ਹਾਂ ਬਾਅਦ ਸਾਨੂੰ ਸੁਣਨਗੇ ਆਪਣੇ ਕਨਵੀਨੀਅੰਟ ਟਾਈਮ ਤੇ, ਬਿਕੋਜ਼ ਇਹ ਸਾਰਾ ਜਿਹੜਾ ਹੈ ਯੂਟਿਊਬ ਤੇ ਅਵੇਲੇਬਲ ਹੋਏਗਾ। ਬੜਾ ਚੰਗਾ ਲੱਗਿਆ ਕਿ ਅਸੀਂ ਇੱਕ ਚੰਗੀ ਪੁਸਤਕ ਦੀ ਚਰਚਾ ਕਰ ਰਹੇ ਹਾਂ ਤੇ ਸਾਡੇ ਨਾਲ ਦੋ ਨਾਮੀ ਵਿਦਵਾਨ, ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਪੰਜਾਬੀ ਇੰਸਟੀਚਿਊਟ ਪਟਿਆਲਾ ਤੋਂ ਤੇ ਡਾਕਟਰ ਪ੍ਰਵੀਨ ਕੁਮਾਰ ਪੰਜਾਬ ਚੰਡੀਗੜ੍ਹ ਤੋਂ ਜੁਆਇਨ ਕਰ ਰਹੇ ਹਨ। ਤੇ ਖੁਸ਼ੀ ਹੈ ਕਿ ਡਾਕਟਰ ਪਰਮਿੰਦਰ ਸੋਢੀ ਜਿਹੜੇ ਜਾਪਾਨ ਤੋਂ ਉਹ ਵੀ ਜੁਆਇਨ ਕਰ ਰਹੇ ਹਨ। ਸਭ ਨੂੰ ਜੀ ਆਇਆ। ਮੈਂ ਪੰਜਾਬੀ ਸਾਹਿਤ ਦਾ ਵਿਦਿਆਰਥੀ ਨਹੀਂ ਪਰ ਸੱਚ ਜਾਣਨਾ ਇਹ ਪੁਸਤਕ ਬਹੁਤ ਚੰਗੀ ਲੱਗੀ। ਸਭ ਤੋਂ ਜ਼ਿਆਦਾ ਚੰਗਾ ਲੱਗਿਆ ਮੈਨੂੰ ਇਹਦਾ ਟਾਈਟਲ, ਸਭ ਕਾ ਮੰਗਲ ਹੋਏ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬਾਬੇ ਨਾਨਕ ਜੀ ਦੀ ਗੱਲ ਹੈ, ਤੇਰੇ ਭਾਣੇ ਸਰਬੱਤ ਕਾ ਭਲਾ, ਸਭ ਦਾ ਮੰਗਲ ਹੋਏ। ਤੇ 2-3 ਕਵਿਤਾਵਾਂ ਬੜੀਆਂ ਟੁੰਬੀਆਂ ਹਨ, ਖਾਸ ਕਰਕੇ ਜਿਹੜੀ ਤਮੰਨਾ ਦੀ ਇੱਕ ਕਵਿਤਾ ਹੈ 32 ਨੰਬਰ ਤੇ, ਉਹਦੀ ਆਖਰੀ ਲਾਈਨ ਵੀ ਜਾ ਪਰੇ ਨਿਰਦੇਈ, ਉਹ ਭਿਕਸ਼ੂ ਦੇ ਮਨ ਚ ਕੀ ਹੋ ਰਿਹਾ ਤੇ ਉਹ ਐਕਸਪ੍ਰੈਸ ਨਹੀਂ ਕਰ ਰਿਹਾ, ਉਹਨੂੰ ਬੜੀ ਟੁੰਦੀ ਹੈ। ਕਿਉਂਕਿ ਪੁਸਤਕ ਤੇ ਚਰਚਾ ਕਰਨ ਲਈ ਵਿਦਵਾਨ ਸਾਡੇ ਨਾਲ ਸ਼ਾਮਿਲ ਹੋਏ, ਮੈਂ ਪੁਸਤਕ ਬਾਰੇ ਹੋਰ ਕੁਛ ਨਹੀਂ ਕਹਿਣਾ ਚਾਹਾਂਗਾ। ਮੈਂ ਆਪਣੇ ਦੋਸਤ ਡਾਕਟਰ ਮਨੀਸ਼ ਕੁਮਾਰ ਨੂੰ ਬੇਨਤੀ ਕਰਾਂਗਾ ਕਿ ਸਾਡੇ ਮਹਿਮਾਨਾਂ ਬਾਰੇ ਜਾਣ ਪਛਾਣ ਕਰਾਉਣ, ਪੁਸਤਕ ਬਾਰੇ ਜਾਣ ਪਛਾਣ ਕਰਨ, ਉਹਦੇ ਬਾਅਦ ਅੱਜ ਦਾ ਪ੍ਰੋਗਰਾਮ ਕੰਡਕਟ ਕਰਨ। ਡਾਕਟਰ ਮਨੀਸ਼ ਕੁਮਾਰ, ਮਨੀਸ਼ ਕੁਮਾਰ ਜੁਆਇਨ ਕਰ ਰਹੇ? ਯੈਸ ਮਨੀਸ਼, ਕੱਟ ਗਏ, ਕੀ ਹੋ ਗਿਆ? ਦਵਿੰਦਰ, ਟੈਕਨੋਲੋਜੀ ਇਜ਼ ਵੈਰੀ ਹੈਲਪਫੁਲ ਬਟ ਦਿਖ ਨਹੀਂ ਰਹੇ। ਮਨੀਸ਼ ਕੁਮਾਰ ਜੀ, ਮਨੀਸ਼ ਜੀ
ਤੁਸੀਂ ਦੇਖ ਰਹੇ ਹੋ ਜੀ ਉਹਨਾਂ ਨੂੰ? ਨਹੀਂ ਜੀ, ਮਨੀਸ਼ ਕੁਮਾਰ ਜੀ ਦੀ ਇਸ ਵੇਲੇ ਸਕਰੀਨ ਬਲੈਂਕ ਆ ਜੀ। ਨਹੀਂ ਜੀ ਨਹੀਂ, ਅਜੇ ਅਜੇ ਪ੍ਰਗਟ ਨਹੀਂ ਹੋ ਰਹੇ। ਪ੍ਰਗਟ ਹੋ ਮਨੀਸ਼ ਜੀ, ਕਹਿੰਦੇ ਇੰਟਰਨੈਟ ਨਹੀਂ ਚੱਲ ਰਿਹਾ। ਆ ਗਏ ਆ ਗਏ ਹੋ ਗਏ ਜੀ, ਪ੍ਰਗਟ ਹੋ ਗਏ। ਕਿੱਧਰ ਜੀ? ਸੁਣਾਓ ਤੇ ਪੜ੍ਹ ਕੇ ਕੀ ਲਿਖਿਆ ਹੈ, ਫਰੇਮ ਕੀਤਾ ਹੈ ਤੁਹਾਡਾ? ਸ਼ੁਰੂ ਕਰ ਲਓ, ਕੋਈ ਗੱਲ ਨਹੀਂ। ਦਵਿੰਦਰ ਜੀ ਰੇਡੀ? ਹਾਂ ਸ਼ੁਰੂ ਕਰ ਲੈਂਦੇ ਜੀ। ਦਵਿੰਦਰ ਜੀ? ਹਾਂਜੀ ਹਾਂਜੀ ਦਵਿੰਦਰ, ਹਾਂਜੀ ਰੇਡੀ ਹੈ ਜੀ, ਸ਼ੁਰੂ ਕਰ ਦਈਏ ਫਿਰ ਡਾਕਟਰ ਸਾਹਿਬ। ਪ੍ਰੋਬਲਮ ਟੈਕਨੀਕਲ ਇਹ ਹੈ ਕਿ ਪੁਸਤਕ ਬਾਰੇ ਜਾਣ ਪਛਾਣ ਆ ਗਏ ਜੀ। ਮਨੀਸ਼ ਕੁਮਾਰ ਆਓ ਜੀ, ਆਓ ਮਨੀਸ਼ ਜੀ। ਦਵਿੰਦਰ ਜੀ, ਡਾਕਟਰ ਸਾਹਿਬ ਹੋਰਾਂ ਦੀ ਫੋਟੋ ਸਟੀਲ ਹੋਈ ਪਈ ਹੈ। ਹਾਂਜੀ ਮਨੀਸ਼ ਜੀ, ਸੁਣ ਰਹੇ ਬਰਾੜ ਨੂੰ ਕਿ ਕਿਤਾਬ ਬਾਰੇ ਚਰਚਾ ਸ਼ੁਰੂ ਕਰ ਦੇਣ ਤੇ ਬਾਅਦ ਅਸੀਂ ਫਿਰ ਤੁਹਾਡਾ ਕਿਸ ਤੁਸੀਂ ਦੋਨਾਂ ਨੇ ਕਿਤਾਬ ਪੜ੍ਹੀ ਇਸ ਕਰਕੇ ਚਰਚਾ, ਪਰ ਸਾਹਿਬ ਕਿਤਾਬ ਦੀ ਚਰਚਾ ਕਰੋ ਤੇ ਕਵਿਤਾਵਾਂ ਬਾਰੇ ਚਰਚਾ ਕਰੋ। ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ, ਹਾਂਜੀ ਓਵਰ ਟੂ ਪ੍ਰੋਫੈਸਰ ਬਰਾੜ। ਬਰਾੜ ਸਰ ਮਾਈਕ ਆਨ ਕਰ ਲਓ ਆਪਣਾ ਤੁਸੀਂ। ਪਹਿਲਾਂ ਆਪਾਂ ਪਰਮਿੰਦਰ ਜੀ ਤੋਂ ਇੱਕ ਅੱਧੀ ਕਵਿਤਾ ਸੁਣ ਲੈਂਦੇ ਜੀ, ਥੋੜਾ ਜਿਹਾ ਦੇਰ। ਚਲੋ ਐਵੇਂ ਕਰ ਲਓ। ਹੈ ਪਰਮਿੰਦਰ ਜੀ? ਹਾਂਜੀ ਹਾਂਜੀ ਚਲੋ ਜਿਹੜੀ ਵੀ ਸਾਹਮਣੇ ਆਈ ਉਹ ਪੜ੍ਹ ਦਿੰਦਾ ਜੀ ਮੈਂ, ਤੇ ਕਿਉਂਕਿ ਆਪਾਂ ਦੋਸਤ ਉਡੀਕ ਕਰ ਰਹੇ ਹਾਂ। ਤੇ ਆਪ ਮੇਲੇ ਜੋੜਦੇ ਆਪੇ ਬੰਬ ਸਿੱਟਦੇ, ਭਾਗੜ ਮਚਾਉਂਦੇ ਰੋਂਦੇ ਕੁਰਲਾਉਂਦੇ ਵੱਡੇ ਟੁੱਕੇ ਪਰਤਦੇ ਮੁੜ ਮੁੜ ਮੇਲੇ ਦੀਆਂ ਤਿਆਰੀਆਂ। ਆਪੇ ਜੋੜਦੇ ਆਪੇ ਬੰਬ ਸਿੱਟਦੇ ਭਾਗੜ ਮਚਾਉਂਦੇ ਰੋਂਦੇ ਕੁਰਲਾਉਂਦੇ ਵੱਡੇ ਟੁੱਕੇ ਪਰਤਦੇ ਮੁੜ ਮੇਲੇ ਦੀਆਂ ਤਿਆਰੀਆਂ। ਭਿਖੂ ਕਿਉਂ ਨਾ ਸੰਸਾਰ ਨੂੰ ਨਰਕ ਕਹਿੰਦਾ, ਭਿਖੂ ਕਿਉਂ ਨਾ ਸੰਸਾਰ ਨੂੰ ਨਰਕ ਕਹਿੰਦਾ, ਭਿਖੂ ਕਿਉਂ ਨਾ ਯੱਖ ਗੁਫਾਵਾਂ ਦੀ ਗੋਦ ਵਿੱਚ ਪੈਂਦਾ। ਇਸੇ ਤਰ੍ਹਾਂ ਨਜ਼ਮ ਪੜ੍ਹ ਦਿੰਦਾ ਜੀ ਮੈਂ। ਬਦਲ ਵਿੱਚ ਹੱਡੀਆਂ ਦੇ ਪਿੰਜਰ ਹੱਥਾਂ ਚ ਖੰਜਰ ਲਈ ਆ ਰੋਕਦੇ, ਬਾਜ਼ਾਰ ਵਿੱਚ ਹੱਡੀਆਂ ਦੇ ਪਿੰਜਰ ਹੱਥਾਂ ਚ ਖੰਜਰ ਲਈ ਉਸਦਾ ਰਾਹ ਰੋਕਦੇ, ਪਰ ਸੁਪਨੇ ਤੇ ਖਿਆਲ ਉਸਦੇ ਨਾਲ ਨਾਲ ਤੁਰਦੇ। ਉਹ ਨਿਰਾ ਖਲਾ ਖਲਾ ਦੇ ਸਾਹ ਭਰਦਾ ਖਲਾ ਵੱਲ ਤੁਰਿਆ ਜੀ। ਸਬੱਬ ਨਾਲ ਬੜੀ ਰੈਲੇਵੈਂਟ ਹੈ ਅੱਜ ਦੇ ਟਾਈਮ ਨਾਲ, ਜਿਹੜੀ ਕਵਿਤਾ ਨਿਕਲੀ ਹੈ ਨਾ ਬੜੀ ਰੈਲੇਵੈਂਟ।
ਵਕਤ ਲਈ ਬੜੀ ਰੈਲੇਵੈਂਟ ਹੈ ਜੋ ਕੁਝ ਗੋਲਡ ਚ ਹੋ ਰਿਹਾ ਹੈ। ਜੀ 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 ਪ੍ਰਵੀਨ ਜੀ ਪ੍ਰਵੀਨ ਹਾਂਜੀ ਸਰ ਆਵਾਜ਼ ਆ ਰਹੀ ਹਾਂਜੀ ਹੈਲੋ ਮਨੀਸ਼ ਅਜੇ ਦੇਖ ਰਹੇ ਲੇਕਿਨ ਸੁਣ ਮਨੀਸ਼ ਜੀ ਸੁਣ ਰਿਹਾ ਜੀ 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 ਬਿਲਕੁਲ ਬਿਲਕੁਲ ਮੈਂ ਜੁੜ ਗਿਆ ਸਰ ਚਲੋ ਫਿਰ ਓਵਰ ਟੂ ਮਨੀਸ਼ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਮਨੀਸ਼ ਜੀ ਥੋੜੀ ਤਾਰੀਫ ਜਾਣ ਪਛਾਣ ਕਰਾਓ ਵਿਦਵਾਨਾਂ ਦੀ ਪੁਸਤਕ ਦੀ ਸਰ ਆਈ ਐਮ ਆਡੀਬਲ ਹਾਂ ਠੀਕ ਹੈ ਮੈਨੂੰ ਸੁਣ ਰਿਹਾ ਸੁਣ ਰਿਹਾ ਠੀਕ ਹੈ ਠੀਕ ਹੈ तो बहुत बहुत शुक्रिया डॉक्टर महेंद्र सिंह जी अदारा भाई वीर सिंह साहित्य सदन वालों हमेशा ही हर महीने एक पुस्तक से असि संवाद चर्चा कर रहे हैं जिस दे विच पंजाबी नाल संबंधित साडे कोल अहम शख्सियतां जिहड़ियां होंदियां ने उस पुस्तक विशेष के संदर्भ दे विच चर्चा करते हैं एक नवे संवाद उभर के सामने आते हैं उस प्रोग्राम की कड़ी तहत अज साडे कोल ਨਾ ਪ੍ਰਕਾਸ਼ਿਤ ਕਾਵਿ ਸੰਗ੍ਰਹਿ ਪਰਮਿੰਦਰ ਸੋਢੀ ਜੀ ਹੋਰਾਂ ਦਾ ਹੈ ਸਾਂਝੇ ਰੂਪ ਦੇ ਵਿੱਚ ਛਪਿਆ ਇਹ ਕਾਵਿ ਸੰਗ੍ਰਹਿ ਪਰਮਿੰਦਰ ਸੋਢੀ ਜੀ ਉਹ ਤਨ ਦੀ ਤਮੰਨਾ ਹੋਣਾ ਦੀ ਇੱਕ ਨਵੀਂ ਸਿਰਜਨ ਪ੍ਰਕਿਰਿਆ ਦੇ ਵਿੱਚੋਂ ਸਾਡੇ ਸਨਮੁੱਖ ਹੁੰਦਾ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਰਮਿੰਦਰ ਸੋਢੀ ਜੀ ਹੋਈ ਲੰਬੇ ਸਮੇਂ ਤੋਂ ਜਾਪਾਨ ਦੇ ਵਿੱਚ ਰਹਿ ਰਹੇ ਨੇ ਉੱਥੋਂ ਦਾ ਕਲਚਰ ਉੱਥੋਂ ਦੀ ਮੋਰਲ ਵੈਲਿਊਸ ਉੱਥੋਂ ਦੀ ਫਿਲੋਸਫੀ ਔਰ ਉੱਥੇ ਰਹਿ ਕੇ ਬਹੁਤ ਕੁਛ ਜਿਹੜਾ ਸਾਨੂੰ ਪੰਜਾਬੀ ਨੂੰ ਪੰਜਾਬੀਤਾ ਨੂੰ ਅਮੀਰ ਕਰਨ ਦੇ ਵਿੱਚ ਇਹਨਾਂ ਦਾ ਇੱਕ ਸਮਰੱਥ ਯੋਗਦਾਨ ਰਿਹਾ ਹੈ ਨਜ਼ਰ ਦੇ ਵਿੱਚ ਵੀ ਆਈ ਕਿਤੇ ਨਾ ਕਿਤੇ ਜਦੋਂ ਅਨੁਵਾਦ ਕਰਦੇ ਨੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਦਰਸ਼ਨ ਸਹਿਜੇ ਹੀ ਆਪਣੀ ਕਵਿਤਾ ਦਾ ਦੇਖਿਆ ਜਾ ਸਕਦਾ ਹੈ ਸੋ ਅੱਜ ਦੇ ਸਾਡੇ ਨਾ ਪ੍ਰਕਾਸ਼ਿਤ ਕਾਵਿ ਸੰਗ੍ਰਹਿ ਸੱਕਾ ਜੁੜੀਆਂ ਹੋਈਆਂ ਅਹਿਮ ਦੋ ਸ਼ਖਸੀਅਤਾਂ ਡਾਕਟਰ ਰਜਿੰਦਰਪਾਲ ਬਰਾੜ ਜੀ ਔਰ ਡਾਕਟਰ ਪ੍ਰਵੀਨ ਜੀ ਸਾਡੇ ਨਾਲ ਇਸ ਪੁਸਤਕ ਦੇ ਸੰਬੰਧ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ ਡਾਕਟਰ ਰਜਿੰਦਰਪਾਲ ਬਰਾੜ ਜੀ ਲੰਬੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਵਿੱਚ ਬੇਜੋੜ ਆਪਣੀਆਂ ਸੇਵਾਵਾਂ ਦੇ ਰਹੇ ਨੇ 27 ਦੇ ਕਰੀਬ ਉਹਨਾਂ ਦੀਆਂ ਹੁਣ ਤੱਕ ਕਿਤਾਬਾਂ ਪਬਲਿਸ਼ ਹੋ ਚੁੱਕੀਆਂ ਨੇ ਔਰ ਬਹੁ ਗਿਣਤੀ ਦੇ ਪੱਧਰ ਤੇ ਉਹਨਾਂ ਦੇ ਕਈ ਖੋਜ ਪੱਤਰ ਕਈ ਨਿਬੰਧ ਕਈ ਖੋਜ ਰਿਵਿਊ ਔਰ ਬਹੁਤ ਸਾਰੀਆਂ ਵੱਖ ਵੱਖ ਰਾਸ਼ਟਰੀ ਅੰਤਰਰਾਸ਼ਟਰੀ ਸੈਮੀਨਾਰਾਂ ਕਾਨਫਰੰਸਾਂ ਦੇ ਵਿੱਚ ਗੋਸ਼ਟੀਆਂ ਦੇ ਵਿੱਚ ਉਹਨਾਂ ਦੇ ਅਹਿਮ ਯੋਗਦਾਨ ਰਿਹਾ ਹੈ ਔਰ ਅੱਜ ਵੀ ਨਿਰੰਤਰ ਪੰਜਾਬੀ ਸਿੱਖਿਆ ਦੇ ਖੇਤਰ ਦੇ ਵਿੱਚ ਜੁੜ ਕੇ ਇੱਕ ਨਵੇਂ ਪ੍ਰਵਚਨ ਨੂੰ ਨਵੇਂ ਉਸਮ ਪ੍ਰਵਚਨ ਨੂੰ ਪਾਠਕਾਂ ਦੇ ਵਿਦਵਾਨਾਂ ਦੇ ਸਨਮੁੱਖ ਲੈ ਕੇ ਆ ਰਹੇ ਨੇ ਔਰ ਜਿੱਥੋਂ ਤੱਕ ਉਹਨਾਂ ਦੇ ਵਿਸ਼ ਖੇਤਰ ਦਾ ਸੰਬੰਧ ਹੈ ਵਾਰਤਕ ਪੰਜਾਬੀ ਸ਼ਾਇਰੀ ਸੱਭਿਆਚਾਰ ਔਰ ਖਾਸ ਕਰ ਗੱਲ ਇਹ ਹੈ ਕਿ ਪੱਛੇ ਵਿੱਚ ਵਿਕਸਿਤ ਹੋਣ ਵਾਲੇ ਵੱਖ ਵੱਖ ਅਨੁਸ਼ਾਸਨਾਂ ਦੇ ਉੱਤਰ ਰੂਪਾਂ ਦੇ ਨਾਲ ਵੀ ਉਹਨਾਂ ਦੀ ਖਾਸ ਹੀ ਦਿਲਚਸਪੀ ਰਹੀ ਹੈ ਸੋ ਮੈਂ ਜ਼ਿਆਦਾ ਵਕਤ ਨਾ ਲੈਂਦਿਆਂ ਹੋਇਆ ਡਾਕਟਰ ਰਜਿੰਦਰਪਾਲ ਬਰਾੜ ਨੂੰ ਗੁਜ਼ਾਰਿਸ਼ ਕਰੂੰਗਾ ਕਿ ਇਸ ਨਾ ਪ੍ਰਕਾਸ਼ਿਤ ਕਾਵਿ ਸੰਗ੍ਰਹਿ ਦੇ ਸੰਬੰਧ ਵਿੱਚ ਆਪਣੀ ਵਿਚਾਰ ਚਰਚਾ ਡਾਕਟਰ ਰਜਿੰਦਰਪਾਲ ਬਰਾੜ ਵੈਲਕਮ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਮੈਂ ਸਹਿਤ ਸਦਨ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਸਮਾਂ ਦਿੱਤਾ ਇਹ ਇੱਕ ਸਬੱਬ ਬਣਾਇਆ ਮੈਨੂੰ ਜਦੋਂ ਰਜਿੰਦਰ ਸੋਢੀ ਤੇ ਤਨ ਦੀ ਤਮੰਨਾ ਦੀ ਸਾਂਝੀ ਕਾਵਿ ਪੁਸਤਕ ਦਾ ਸਭ ਕਾ ਮੰਗਲ ਹੋਏ ਬਾਰੇ ਬੋਲਣ ਲਈ ਸੱਦਾ ਪੱਤਰ ਮਿਲਿਆ ਤੇ ਮੇਰੇ ਮਨ ਵਿੱਚ ਚਿੱਤੀ ਸੀ ਕਿਉਂਕਿ ਮੇਰੀ ਜੀਵਨ ਜਾਚ ਵਿਚਾਰਧਾਰਾ ਤੇ ਸੋਚ ਵੱਖਰੀ ਹੈ ਮਿਸਾਲ ਵਜੋਂ ਮੇਰੀ ਦਿਲਚਸਪੀ ਬਾਹਰੀ ਘਟਨਾਵਾਂ ਜਿਵੇਂ ਵਿਗਿਆਨਕ ਖੋਜਾਂ ਤਕਨੀਕੀ ਕਾਢਾਂ ਸਮਾਜਿਕ ਸੱਭਿਆਚਾਰਕ ਪਰਿਵਰਤਨ ਅਤੇ ਰਾਜਸੀ ਪ੍ਰਸਥਿਤੀਆਂ ਵਿੱਚ ਵਧੇਰੇ ਰਹਿੰਦੀ ਹੈ ਮਨੁੱਖੀ ਜੀਵਨ ਦੇ ਅੰਦਰ ਵੀ ਮੈਨੂੰ ਤੀਬਰ ਦੁੱਖ ਸੁੱਖ ਦੀਆਂ ਭਾਵਨਾਵਾਂ ਵਧੇਰੇ ਟੁੰਬਦੀਆਂ ਵਿਚਾਰਧਾਰਕ ਸੋਚ ਪੱਖੋਂ ਮੈਨੂੰ ਬਾਹਰ ਮੁਖੀ ਵਿਗਿਆਨਕ ਤਰਕਸ਼ੀਲ ਵਧੇਰੇ ਕਰਕੇ ਮਾਰਕਸਵਾਦੀ ਵਿਚਾਰ ਚੌਕਟ ਵਿੱਚ ਸੋਚਣ ਦੀ ਆਦਤ ਆ ਉਹੀ ਮੈਨੂੰ ਮੁਕਾਬਲਤਨ ਠੀਕ ਲੱਗਦਾ ਇਸ ਲਈ ਅਧਿਆਤਮਕ ਰਹੱਸਵਾਦੀ ਅੰਦਰ ਦੀ ਯਾਤਰਾ ਦੇ ਸੰਕਲਪਾਂ ਵਿੱਚ ਬਹੁਤੀ ਦਿਲਚਸਪੀ ਨਹੀਂ
दूसरे पास मेरे मन में यह भी विचार सी कि दूजे व्यक्तियां ते दूजे दे विचारां नूं चंगी तरह जाने बगैर किसी पूर्वग्रह का शिकार होए बगैर उन्होंने छड देना रद्द करना उन्होंने पढ़ना ही ना जां उन्हां दे अहसासां नूं समझण की कोशिश भी ना करनी कि यह कोई चंगी गल इस करके मैं इस प्रोग्राम लई हाँ कर इहदा इक कारण होर मैं परमिंदर सोढ़ी नूं काफ़ी चिर तो पढ़ता आ रहा उहदा पाठक हाँ थोड़ा जिहा उहनूं जाणदा भी हाँ उहदी जीवन शैली नूं समझण की कोशिश करता रहिंदा तन दी तमन्ना नूं मैं बिल्कुल नहीं जाणदा पुस्तक पढ़दिआं पता लग्गिआ कि उह कनेडा रहिंदी आ उसदीआं कुझ रचनावां अखबारां रसालिआं विच पढ़ियां जरूर सी पर उहदी मैं पुस्तक पहलां नहीं सी कोई पढ़ी इसे मनोस्थिति विच मैं पुस्तक पढ़ी ते इसलिए सिद्धांतक गलबात नहीं सिर्फ मैं अपने अनुभव तुहाडे नाल सांझे कर रहा पहली गल तो कि सांझी पुस्तक लिखण दा इह कोई पहला प्रयोग तो किया नहीं जा सकता क्योंकि उस तो पहला भी नवतेज भारती ते जमेर रोडे का संग्रह लीला भी आ चुके है पर यह अपने आप में विलखण जरूर आ क्योंकि इन्हां कवितावां का लिखण समां नेड़े तेड़े दा है दूजी गल कि इहदे विचों एक लेखक औरत आ ते एक मर्द आ एक तरह की यह किताब इस तरह है जिवें अर्ध नीश नारीश्वर का संकल्प हैगा कि उस किस्म का यह जिहड़ा उन्होंने कार्ज किया कोई छपाई का खर्च घटाउण कारण नहीं किया सगों मन की मौत च किया इसलिए दो कविया की भावक सांझ भी आ इहदे विच जिहड़ी बीमारी आ उहदा जिहड़ा पिछोकड़ आ उह भी इहदे विच किते ना किते हाजिर हैगा कि एक जिहड़ा साडा कवि आ उह बीमार आ उह भी किते पिछे पिया हैगा इन्हां परिस्थितियां दे विच जदों मैं इस नूं पढ़ना शुरू किया तां मैं गल सब तो पहला टाइटल तो शुरू कर कि सब सब का मंगल होए पुस्तक का टाइटल पुस्तक के अंत च तनदीप की एक कविता हैगी है जिहदी अंतलियां सत्रां ही है कि सब का मंगल होए यह शुभ भावना है प्रशंसा योग आ पर सब का मंगल किवें होवे घा ते बकरी का बकरी ते शेर का शेर ते मनुख का सब का मंगल इको वेले किवें होवे मोटे तौर पर मेरे दिमाग दे विच इह गल आ रही सी कि शोषणकर्ता का ते शोषणकार का शिकारी का ते शिकार होने वाले का दोहां का इको वेले मंगल किवें हो सकता है पंजाब दे प्रसंग च तां मैनूं इह गल होर भी अजीब लगी कि किसानां का ते कारपोरेटां दोहां का मंगल इको वेले किवें होगा कमाल की गल है कि पुस्तक तो इस प्रश्न बिल्कुल भी मुखातब नहीं पर मेरे मन में वार वार यही प्रश्न घूमी जा रहा है कि भाई खीर फिर सब का मंगल हो किवें इन्हां भावां दे विच मैं यह पुस्तक पढ़नी शुरू की पर जिहड़ा दर्शन का मुख प्रश्न आ दर्शन का तो मुख प्रश्न ही यह हैगा कि प्रश्न दर्शन का प्रश्न तो यही है कि फिर ये उल्ट सोचिए जे असी कि सब का अमंगल होवे ये कोई तर्कयुक्त गल कुछ दा कुछ धिर दा निश्चय ही अपने धिर दा ही मंगल मन्नीए तो फिर तो यह है कि काणी वंड लुट खोह लड़ाई झगड़ा अन्या ये तो सारा कुछ फिर मौजूद ही रहूगा फिर मैनू लग्या कि मैनू यह कविता किसी होर ढंग नाल पढ़नी चाहिए है सिख धर्म के भी पहला भी जदों हजे आपां प्रोग्राम शुरू नहीं किया प्रोफेसर महिंदर सिंह जी कह रहे थे कि सरबत के भले की गल आ जिहड़ी सिख धर्म के भी आउंदी है पर नसल भाषा जां धर्म जां खिते तो उपर उठ के सब का मंगल सब का भला किवें होवे सब नूं दुखां तों छुटकारा किवें मिले इस प्रश्न का उत्तर ही महात्मा बुद्ध ने भी लभना सी निश्चय ही उन्होंने एक सानूं थ्यूरी दित्ती कि भाई दुनिया दुखां का घर आ हर कार्ज का कोई ना कोई कारण हुंदा है इस करके दुखां का भी कोई कारण होगा जे कारण दूर कर दिए तो दुख भी दूर हो जाए उन्हें कहा कि दुखां का कारण है जिहड़ा मानवी तृष्णावां है काम क्रोध लोभ मोह हंकार इहोजीआं इच्छावां हन जे इन्हां तृष्णावां ते काबू पा लीए ते काबू पाउण लई उन्होंने अष्टांग मार्ग दस्सिया ते उहदा सार तत् इह है कि जिंदगी सहज रूप विच जीओ ते जिउंदे रहिण लई जरूरी पदार्थक लोड़ां ते मानवी होंद महसूस करन दी इच्छा जरूरी आ पर जदों लोभ लालच ते तृष्णावां हदों वध जाण तां फिर दुख पैदा इत्थों ही बुद्ध का जीवन मार्ग मध मार्ग की शुरुआत हुंदी आ संघ का जन्म हुंदा पर प्रश्न उत्थे ही खड़ा है कि आखिर सब कुछ त्याग के कुछ लोग भिखू बन सकते हैं पर जे सारे भिखू बन जाण फिर
ਭਿੱਖੂਆਂ ਨੂੰ ਭਿੱਖਿਆ ਦੇਣ ਲਈ ਅੰਨ ਕੌਣ ਪਜਾਏਗਾ? ਜੀਵਨ ਜਿਉਣ ਲਈ ਘੱਟੋ ਘੱਟ ਜ਼ਰੂਰੀ ਵਸਤਾਂ ਦਾ ਉਤਪਾਦਨ ਤਾਂ ਕਿਸੇ ਨੂੰ ਕਰਨਾ ਹੀ ਪੈਣਾ ਹੈ, ਉਹ ਉਤਪਾਦਨ ਕੌਣ ਕਰੂਗਾ? ਇਹ ਮੇਰੇ ਮੂਹਰੇ ਸਮੱਸਿਆ ਆ ਗਈ ਕਿ ਭਿੱਖੂ ਤਾਂ ਆਪਣੀ ਹਉਮੈ ਮਾਰ ਸਕਦਾ ਹੈ, ਭਿੱਖੂ ਆਪਦੀ ਹਉਮੈ ਮਾਰ ਲੂ, ਪਰ ਜਿਹੜਾ ਉਹਨੂੰ ਭਿੱਖਾ ਦਿੰਦਾ ਹੈ ਉਹਦੇ ਅੰਦਰ ਤਾਂ ਨਾ ਅਹੰਕਾਰ ਕਿਤੇ ਪੈਦਾ ਹੋ ਜੂਗਾ ਕਿ ਮੈਂ ਇਹਨੂੰ ਭਿੱਖਿਆ ਦਿੰਦਾ। ਇਹੋ ਜਿਹੇ ਪ੍ਰਸ਼ਨ ਆ ਜਿਹੜੇ ਇਸ ਕਿਤਾਬ ਨੂੰ ਪੜ੍ਹਦਿਆਂ ਤੇ ਪੜ੍ਹਨ ਦੇ ਦਰਮਿਆਨ ਮੇਰੇ ਮਨ ਦੇ ਉੱਤੇ ਬਹੁਤ ਹਾਵੀ ਰਹੇ। ਪਤਾ ਨਹੀਂ ਇਹ ਪ੍ਰਸ਼ਨ ਸਹੀ ਸੀ ਜਾਂ ਗਲਤ ਸੀ, ਇਹ ਉੱਠਣੇ ਚਾਹੀਦੇ ਸੀ ਜਾਂ ਨਹੀਂ ਉੱਠਣੇ ਚਾਹੀਦੇ ਸੀ, ਪਰ ਇਹ ਮੇਰੇ ਮਨ ਵਿੱਚ ਉੱਠੇ। ਲੱਗਦਾ ਹੈ ਕਿ ਕਈ ਵਾਰ ਇਹ ਵੀ ਲੱਗਦਾ ਹੈਗਾ ਕਵਿਤਾ ਨੂੰ ਇਉਂ ਨਹੀਂ ਪੜ੍ਹਨਾ ਚਾਹੀਦਾ, ਪਰ ਮੈਂ ਆਪਣੇ ਤੁਹਾਡੇ ਨਾਲ ਬਣੋ ਸਥਿਤੀ ਸਾਂਝੀ ਕੀਤੀ ਕਿ ਜਦੋਂ ਮੈਂ ਕਿਤਾਬ ਨੂੰ ਪੜ੍ਹਨਾ ਸ਼ੁਰੂ, ਮੈਨੂੰ ਇਹ ਲੱਗਿਆ ਕਿ ਜਿਹੜਾ ਬੰਦਾ ਉਹ ਭਿੱਖੂ ਬਣ ਜਾਂਦਾ ਉਹ ਤੇ ਚਲੋ ਬਣ ਜਾਂਦਾ, ਤਨ ਦੀ ਪੇਦੀ ਭੂਮਿਕਾ ਦੇ ਵਿੱਚ ਹੀ ਲਿਖਦੀ ਆ ਆਪਦੇ ਗੁਰੂ ਦੇ ਹਵਾਲੇ ਨਾਲ ਕਿ ਭਿੱਖਿਆ ਮੰਗਣ ਦੀ ਕਿਰਿਆ ਨਾਲ ਸਾਧਕ ਦੇ ਧੌਰ ਅੰਦਰੋਂ ਅਹੰਕਾਰ ਦਾ ਵਿਸਰਜਣ ਹੋਣਾ ਸ਼ੁਰੂ ਹੋ ਜਾਂਦਾ। ਪ੍ਰਸ਼ਨ ਉੱਥੇ ਹੀ ਖੜਾ ਹੈ ਕਿ ਇਹ ਸਭ ਇਸ ਮਾਰਗ ਤੇ ਚੱਲ ਜਾਂਦੇ ਆ, ਕਿ ਭਿੱਖਿਆ ਦੇਣ ਵਾਲੇ ਦੇ ਅੰਦਰ ਅਹੰਕਾਰ ਭਾਵ ਤਾਂ ਨਹੀਂ ਆਜੂਗਾ? ਇਸ ਦਾ ਇੱਕ ਹੋਰ ਪਸਾਰ ਵੱਖਰਾ ਵੀ ਹੈਗਾ ਕਿ ਕੀ ਫਿਰ ਭਿੱਖੂਆਂ ਦੇ ਭੇਖ ਵਿੱਚ ਭਿੱਖਿਆ ਮੰਗਣ ਵਾਲੇ ਤਾਂ ਨਹੀਂ ਪੈਦਾ ਹੋ ਜਾਣਗੇ? ਪਰ ਅੱਜ ਦਾ ਇਹ ਮਸਲਾ ਨਹੀਂ, ਇਹਨੂੰ ਆਪਾਂ ਪਾਸੇ ਛੱਡਦੇ ਹਾਂ। ਅਸੀਂ ਜਿਹੜੇ ਅਸਲ ਭਿੱਖੂ ਦੇ ਮੂਲ ਸੰਕਲਪ ਆ, ਸੱਚੇ ਸੁੱਚੇ ਭਾਵਾਂ ਵੱਲ ਹੀ ਧਿਆਨ ਕਰਦੇ ਹਾਂ ਕਿ ਭਿੱਖੂ ਦੁਨੀਆਂ ਤੋਂ ਨਿਰਲੇਪ ਸੱਚ ਮਾਰਗ ਤੇ ਤੁਰਦਾ, ਨਵੇਂ ਗਿਆਨ ਤਲਾਸ਼ਦਾ, ਨਵੀਆਂ ਮੰਜ਼ਿਲਾਂ ਚੜ੍ਹਦਾ, ਸਹਿਜੇ ਸਹਿਜ ਜੀਵਨ ਜਿਉਂਦਾ ਹੈ। ਅਸਲ ਵਿੱਚ ਸਾਡੇ ਦੋਨੋਂ ਕਵੀ ਭਿੱਖੂ ਨੂੰ ਇਹਨਾਂ ਅਰਥਾਂ ਵਿੱਚ ਹੀ ਤਲਾਸ਼ਦੇ ਆ, ਜਾਂ ਕਹਿ ਲਓ ਪੁਨਰ ਪ੍ਰਭਾਸ਼ਿਤ ਕਰਦੇ ਆ, ਜਾਂ ਇਹ ਕਹਿ ਲਓ ਕਿ ਉਹਨੂੰ ਇੱਕ ਤਰ੍ਹਾਂ ਦੁਬਾਰਾ ਸਿਰਜਦੇ ਆ। ਭਿੱਖੂ ਨੂੰ ਵੀ ਉਹ ਦੁਬਾਰਾ ਸਿਰਜਦੇ ਆ, ਉਹਨਾਂ ਦਾ ਆਪਣਾ ਇੱਕ ਭਿੱਖੂ ਆ। ਬੁੱਧ ਦਾ ਇੱਕ ਹੋਰ ਸੂਤਰ ਆ ਕਿ ਪਰਿਵਰਤਨ ਜਿਹੜਾ ਹੈਗਾ ਕੁਦਰਤ ਦਾ ਨਿਯਮ ਆ। ਅੱਜ ਬੁੱਧ ਮਤ ਵੀ ਉਹ ਬੁੱਧ ਮਤ ਨਹੀਂ ਜਿਹੜਾ ਬੁੱਧ ਮਤ ਆਰੰਭ ਦੇ ਵਿੱਚ ਸੀਗਾ। ਅਸੀਂ ਜੇ ਹੀਨ ਯਾਨ ਤੇ ਮਹਾਯਾਨ ਦੀਆਂ ਸ਼ਾਖਾਵਾਂ ਨੂੰ ਛੱਡੀਏ ਵੀ ਤਾਂ ਇਹਦਾ ਚਾਹੇ ਚੀਨ ਦੇ ਵਿੱਚ ਕਨਫਿਊਸ਼ੀਅਸ ਨਾਲ, ਚਾਹੇ ਤਾਓਵਾਦ ਨਾਲ ਮੇਲ ਹੋਇਆ ਤੇ ਬਾਹਰ ਮੁਖੀ ਪ੍ਰਸਥਿਤੀਆਂ ਬਦਲਣ ਨਾਲ, ਅੱਜ ਉਹ ਨਹੀਂ ਗਾ ਭਿੱਖੂ। ਅਜੋਕੇ ਤਕਨਾਲੋਜੀ ਵਾਲੇ ਗਲੋਬਲੀ ਪੂੰਜੀ ਪ੍ਰਭਾਵੀ ਸਮਾਜ ਵਿੱਚ ਭਿੱਖੂ ਵੀ ਪੁਨਰ ਪ੍ਰਭਾਸ਼ਿਤ ਹੋਵੇਗਾ, ਤੇ ਮੈਨੂੰ ਇਹ ਲੱਗਦਾ ਹੈ ਪਰਮਿੰਦਰ ਸੋਢੀ ਤੇ ਤਨਦੀਪ ਤਮੰਨਾ ਵੀ ਇਹੀ ਕੰਮ ਕਰ ਰਹੇ ਆ ਕਿ ਉਹ ਭਿੱਖੂ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੇ ਚੱਕਰ ਵਿੱਚ ਆ ਕਿ ਜੇ ਅੱਜ ਭਿੱਖੂ ਹੋਵੇ ਜਾਂ ਅੱਜ ਭਿੱਖੂ ਕੌਣ ਆ। ਮੈਨੂੰ ਏਦਾਂ ਲੱਗਿਆ ਕਿ ਇਹ ਕਿਤਾਬ ਆ ਜਿਹੜੀ ਉਹ ਸਾਰੀ ਇਸ ਗੱਲ ਤੇ ਜ਼ੋਰ ਦਿੰਦੀ ਆ ਕਿ ਆਖਰ ਫਿਰ ਅੱਜ ਭਿੱਖੂ ਕੌਣ ਆ ਤੇ ਉਹ ਭਿੱਖੂ ਦੀਆਂ ਕੀ ਨਿਸ਼ਾਨੀਆਂ ਹੋ ਸਕਦੀਆਂ, ਜਾਂ ਉਹ ਭਿੱਖੂ ਕਿਉਂ ਜੇ। ਦੋਹਾਂ ਦਰਮਿਆਨ ਸਾਂਝ ਵੀ ਆ ਤੇ ਕੁਝ ਵਖਰੇਵੇਂ ਵੀ ਆ। ਇਹ ਸਾਂਝ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਗੁਲਦਸਤੇ ਦੇ ਵਿੱਚੋਂ ਮਹਿਕ ਆਵੇ, ਪਰ ਜਿਹੜੇ ਉਹਦੇ ਰੰਗ ਆਕਾਰ ਵੱਖਰੇ ਵੱਖਰੇ ਆ ਉਹ ਇਸ ਕਵਿਤਾ ਦੇ ਵਿੱਚ ਵੀ ਦਿਖਾਈ ਦਿੰਦੇ ਆ। ਤਮੰਨਾ ਦੀਆਂ ਜਿਹੜੀਆਂ ਜ਼ਿਆਦਾ ਕਵਿਤਾਵਾਂ ਉਹ ਅਧਿਆਤਮਕ ਰਹੱਸ ਅਦਿੱਖ ਜਾਪ ਦੇ ਨਿਸ਼ਬਦ ਨੂੰ ਸ਼ਬਦ ਕਰਨ ਦੀ ਕੋਸ਼ਿਸ਼ ਆ। ਮਿਸਾਲ ਵਜੋਂ ਮੇਰੂ ਕਵਿਤਾ, ਜਿਸ ਨੂੰ ਮਾਲਾ ਦੇ ਮੇਰੂ ਮਣਕੇ ਵਾਂਗ ਕੇਂਦਰੀ ਕਵਿਤਾ ਦਾ ਦਰਜਾ ਖੁਦ ਭੂਮਿਕਾ ਨਵਾਂ ਸ਼ਬਦਾਂ ਵਿੱਚ ਤਨਦੀਪ ਹੀ ਦਿੰਦੀ ਆ। ਇੱਕ ਪਾਸੇ ਮਨੁੱਖ ਦੇ ਬੁਰੇ ਹਾਲਾਤਾਂ ਤੋਂ ਉੱਠਣ ਦੀ ਲੋਚਾ ਦੇ ਪ੍ਰਤੀਕ ਕੁਕਨਸ ਦੀ ਮਿੱਥ ਵੱਲ ਇਸ਼ਾਰਾ ਕਰਦੀ ਆ, ਤੇ ਦੂਜੇ ਪਾਸੇ ਇਸ ਕਥਾ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣ ਦੀ ਲੋੜ ਦੱਸਦੀ ਆ, ਭਾਵ ਇਸ ਮਿੱਥ ਨੂੰ ਪੁਨਰ ਦੁਹਰਾਉਣ ਤੇ ਪੱਕਾ ਕਰਨ ਦੀ ਲੋੜ ਦੱਸਦੀ ਆ। ਤਨਦੀਪ ਦਾ ਜਿਹੜਾ ਭਿੱਖੂ ਆ ਨਾ, ਕਾਫੀ ਹੱਦ ਤੱਕ ਰਵਾਇਤੀ ਆ। ਸਿਰਫ ਬਾਹਰੀ ਸੰਸਾਰ ਬਦਲਿਆ, ਪਰ ਉਸ ਅੰਦਰ ਤਿਆਗ ਇੱਕ ਮੰਤਰ ਵਾਂਗ, ਇੱਕ ਠਹਿਰੇ ਸੰਕਲਪ ਵਾਂਗ ਬੈਠਿਆ ਹੋਇਆ ਤੇ ਉਸਨੂੰ ਆਪਣੀ ਸੀਮਾ ਦਾ ਅਹਿਸਾਸ ਤਾਂ ਹੈ। ਉਹਦੀਆਂ ਜੇ ਅਸੀਂ ਨਜ਼ਮਾਂ ਪੜ੍ਹੀਏ, ਖਾਸ ਕਰਕੇ ਜੇ 38 ਪੰਨੇ ਤੇ ਉਹਦੀ ਇੱਕ ਨਜ਼ਮ ਹੈਗੀ ਆ, ਜੇ ਅਸੀਂ ਉਸ ਨਜ਼ਮ ਵੱਲ ਧਿਆਨ ਕਰੀਏ, ਖਾਸ ਕਰਕੇ ਉਹਦੀ ਨਜ਼ਮ ਹੈਗੀ ਆ, ਇਹ 35ਵੀਂ ਨਜ਼ਮ ਹੈਗੀ ਆ, ਸਾਨੂੰ ਲੱਗਦਾ ਹੈ ਕਿ ਜਿਵੇਂ ਸਭ ਕੁਝ ਰੁਕਿਆ ਪਿਆ। ਕੁਝ ਕਵਿਤਾਵਾਂ ਸਾਨੂੰ ਕਹਿੰਦੀਆਂ ਕਿ ਜਿਵੇਂ ਸਭ ਕੁਝ ਇੱਕ ਵਾਰ ਰੁਕਿਆ ਪਿਆ, ਕਿ ਸਮਾਧੀ ਤੋਂ ਪਹਿਲਾਂ ਮੂੰਹ ਹਨੇਰੇ ਭਿੱਖੂ ਨੇ ਵੇਖਿਆ, ਨਜ਼ਰ ਭਰ ਕੇ ਚਫੇਰੇ, ਸੁੱਕੀਆਂ ਛੱਲੀਆਂ ਦੀ ਨੀਂਦਰ ਹੋਈ ਚੂਰ ਚੂਰ,
आड़ूआं दे रुखां नूं पै गया ताजा पूर पर उह समकाल विच नहीं बहुता भूतकाल विच बदलदा है। असल दे विच इक वड्डी जिहड़ी समस्या हैगी आ उह तृप्ता ते अतृप्त दी है। वड्डी गल इह कि मनुख जिहड़ा जिंदगी दे विच जिन्ना चिर उसदी तृप्ती नहीं हुंदी उन्नी देर उह छड्ड भी नहीं सकदा। बुद्ध होण लई पहलां इह भी जरूरी आ कि बुद्ध कोल बुद्ध वाला राज होवे, उन्नी देर व्यक्ति छड़दा नहीं। आचार्या रजनीश भी बहुत वारी ये व्यक्ति कहिंदा सी, किसे बंदे ने उन्हां नूं इक सवाल पुछिया कि तेरे आश्रम दे विच साबण 100 रुपये का जां 500 रुपये का, बाहर ये जिहड़ी टिक्की आ ये 5 रुपये की मिल जाती है, तां तूं इन्ना भा क्यों रख्या इहदा? उह कहिंदा कि जिहड़ा व्यक्ति अजे भी साबण का भा पुछदा फिरदा ना, उह मेरा चेला बनण दे योग नहीं। पर इहदा मतलब तां ये कि जिहड़े व्यक्तियां नूं हजे भा पुछण की लोड़ पैंदी आ उह तां फिर मुक्ति मार्ग ते नहीं चल सकते, उहनां नूं तां फिर हजे कुछ वेट करनी पऊगी। उहनां नूं पहलां अपणियां जरूरी भौतिक लोड़ां पूरियां करनियां पैणगियां। उह जिहड़ियां भौतिक लोड़ां पूरियां करनियां उस नूं पूरी करदा ही बंदा भगदड़ विच पै जांदा है, ते उस भगदड़ विचों उहदे लई निकलना बहुत मुश्किल हो जांदा है कि उहदे विचों फिर निकले किवें, ਉਹ ਆਵਾਗਾਉਣ ਤੋਂ ਮੁਕਤ ਹੋਵੇ ਕਿਵੇਂ ਮੁਕਤ ਹੋਵੇ। ਅਸਲ ਦੇ ਵਿੱਚ ਤਾਂ ਇਹ ਸਹਿਜ ਮਾਰਗ ਵੀ ਨਾ ਇੰਨਾ ਸਹਿਜ ਨਹੀਂ ਜਿੰਨਾ ਕਹਿ ਦੇਈਦਾ ਕਿ ਸਹਿਜ ਮਾਰਗ ਆ। ਇਹ ਸਹਿਜ ਮਾਰਗ ਲਈ ਵੀ ਕਠਿਨ ਤਪੱਸਿਆ ਚਾਹੀਦੀ ਹੈ, ਤਾਂ ਫਿਰ ਤਪੱਸਿਆ ਦਾ ਕਿਹੜਾ ਰੂਪ ਸਹੀ ਹੈ? ਮੁੜ ਬੁੱਧ ਕਥਾ ਯਾਦ ਆਉਂਦੀ ਹੈ ਕਿ ਸਾਜ ਦੀਆਂ ਤਾਰਾਂ ਨੂੰ ਨਾ ਬਹੁਤਾ ਕੱਸਣਾ ਤੇ ਨਾ ਹੀ ਬਹੁਤਾ ਢਿੱਲਾ ਛੱਡਣਾ। ਇਹਦਾ ਤਾਂ ਸਹੀ ਤਾਂ ਇਹੀ ਆ ਕਿ ਤਣਾਅ ਵਿੱਚੋਂ ਹੀ ਸੰਗੀਤ ਪੈਦਾ ਹੁੰਦਾ, ਪਰ ਇਹ ਕਿੰਨਾ ਕੁ ਤਣਾਓ, ਆਖਿਰ ਇਹ ਕਿੰਨਾ ਕੁ ਤਣਾਓ, ਇਹ ਪ੍ਰਸ਼ਨ ਬਹੁਤ ਮਹੱਤਵਪੂਰਨ ਆ। ਜਿਹੜੀਆਂ ਬਹੁਤੀਆਂ ਕਵਿਤਾਵਾਂ ਉਹ ਇਸ ਤਣਾਓ ਨੂੰ ਹੀ ਦੱਸਦੀਆਂ ਕਿ ਕਿੰਨਾ ਕੁ ਤਣਾਓ ਇਹਦੇ ਵਿੱਚ ਹੋ ਸਕਦਾ, ਕਿੰਨਾ ਕੁ ਤਣਾਓ ਹੋਣਾ ਚਾਹੀਦਾ। ਤਨਦੀਪ ਦੀਆਂ ਬਹੁਤੀਆਂ ਕਵਿਤਾਵਾਂ ਦੇ ਵਿੱਚ ਜਿਹੜਾ ਭਿੱਖੂ ਆ, ਤਨਦੀਪ ਦੀਆਂ ਬਹੁਤੀਆਂ ਕਵਿਤਾਵਾਂ ਦੇ ਭਿੱਖੂ ਤੇ ਪ੍ਰੇਮੀ ਨਾ ਇੱਕ ਰੂਪ ਹੀ ਹੋ ਜਾਂਦੇ ਆ, ਜੋਗੀ ਤੇ ਭੋਗੀ ਰਲ ਜਾਂਦੇ ਆ। ਕਈ ਵਾਰ ਇਹ ਲੱਗਦਾ ਕਿ ਉਹ ਭਿੱਖੂ ਨਹੀਂ ਗਾ ਉਹ ਰਾਂਝਾ ਹੈ। ਇਹਦਾ ਨਾਂ ਵੀ ਬੜੀ ਖੇਡ ਖੇਡਦੇ। ਹੁਣ ਨਾਂ ਹੈਗਾ ਇਹਦਾ ਤਨਦੀਪ ਤਮੰਨਾ। ਤਮੰਨਾ ਕਦੇ ਮਰਦੀ ਨਹੀਂ, ਮੈਨੂੰ ਨੀ ਪਤਾ ਕਿ ਤਨਦੀਪ ਤਮੰਨਾ ਦਾ ਇਹ ਨਾਂ ਉਹਦੇ ਮਾਪਿਆਂ ਨੇ ਰੱਖਿਆ ਜਾਂ ਕਵੀ ਨੇ ਖੁਦ ਹੀ ਆਪਣੀ ਪਹਿਚਾਣ ਚੁਣੀ ਹੈ। ਪਰ ਤਨਦੀਪ ਆਪਣੇ ਆਪ ਵਿੱਚ ਹੀ ਤਨ ਦਾ ਦੀਪ ਆ, ਆਪਣੇ ਆਪ ਵਿੱਚ ਹੀ ਦੇਹੀ ਦਾ ਦੀਪ ਆ, ਇਹ ਪਦਾਰਥਕ ਤਨ ਵੱਲ ਸੰਕੇਤ ਕਰਦਾ। ਤੇ ਤਮੰਨਾ ਕੇਵਲ ਤਨ ਦੀ ਲੋਚਾ ਹੀ ਨਹੀਂ, ਮਨ ਦੀਆਂ ਛਾਵਾਂ ਵੀ ਹੁੰਦੀਆਂ, ਇਹ ਪੂਰੀਆਂ ਹੋਣ ਤਾਂ ਗੱਲ ਅੱਗੇ ਤੁਰਦੀ ਆ। ਅਸਲ ਵਿੱਚ ਤਾਂ ਪਦਾਰਥਕ ਅਵਸਥਾ ਹੰਢਾਉਣੀਆਂ ਨਾ ਹੰਢਾਉਣੀਆਂ, ਛਾਵਾਂ ਪੂਰੀਆਂ ਹੋਣੀਆਂ ਜਾਂ ਨਾ ਪੂਰੀਆਂ ਹੋਣੀਆਂ, ਜਦੋਂ ਸੱਚੀ ਬੇਅਰਥ ਹੋ ਜਾਣ ਤਾਂ ਕਈ ਆਪਾ ਵਿਰੋਧੀ ਭਾਵ ਉਪਜਦੇ ਆ ਕਿ ਜ਼ਿੰਦਗੀ ਦੀ ਛਿਣ ਭੰਗਰਤਾ, ਬੇਅਰਥਤਾ, ਦੁੱਖਾਂ ਦਾ ਅਹਿਸਾਸ, ਮੌਤ ਦੀ ਸਚਾਈ, ਕੁਦਰਤ ਦੀ ਵਿਰਾਟਤਾ, ਮਾਨਵੀ ਹੋਂਦ ਦੀ ਬੇਅਰਥਤਾ ਇੱਕੋ ਵੇਲੇ ਇਕੱਠੀਆਂ ਹੋ ਜਾਂਦੀਆਂ। ਇਸ ਬੇਅਰਥਤਾ ਵਿੱਚੋਂ ਹੀ ਨਿਰਾਸ਼ਾ ਪੈਦਾ ਹੁੰਦੀ ਆ, ਉਦਾਸੀ ਪੈਦਾ ਹੁੰਦੀ ਆ, ਤੇ ਕੁਦਰਤ ਆ ਜਿਹੜੀ ਕਦੇ ਸਾਨੂੰ ਡਰਾਉਣੀ ਲੱਗਦੀ ਆ ਤੇ ਕਦੇ ਉਹ ਵਸਮਾਦ ਵਿੱਚ ਚਲੀ ਜਾਂਦੀ ਆ ਕਿ ਤੁਹਾਨੂੰ ਵਸਮਾਦ ਵਿੱਚ ਲੈ ਜਾਂਦੀ ਆ। ਇੱਕ ਛਿਣ ਨੂੰ ਮਾਨਣਾ ਸਿੱਖਣਾ ਵੀ ਬਹੁਤ ਔਖਾ ਹੈ, ਕਹਿਣਾ ਬੜਾ ਸੌਖਾ ਕਿ ਬ੍ਰਹਮ ਗਿਆਨੀ ਕੌਣ ਜੋ ਦੁੱਖ ਸੁੱਖ ਨੂੰ ਸਮ ਕਰਕੇ ਜਾਣੇ, ਤੇ ਦੁੱਖ ਸੁੱਖ ਨੂੰ ਸਮ ਕਰਕੇ ਜਾਣਿਆ ਜਾ ਸਕਦਾ ਇਹਦੇ ਲਈ ਕਿ ਮੌਤ ਨੂੰ ਕੀ ਜਸ਼ਨ ਵਾਂਗ ਲਿਆ ਜਾ ਸਕਦਾ। ਸਹਿਜ ਵਿੱਚ ਵਿਚਰਨਾ ਸਿੱਖਣਾ, ਜੇ ਤੁਸੀਂ ਸਿੱਖ ਗਏ ਤਾਂ ਫਿਰ ਤੁਹਾਨੂੰ ਖੁਦ ਭਿੱਖੂ ਦੀ ਭਾਲ ਨਹੀਂ ਰਹਿੰਦੀ, ਖੁਦ ਤੁਸੀਂ ਭਿੱਖੂ ਹੀ ਹੋ ਜਾਂਦੇ ਆ। ਤੇ ਜਿਹੜੀਆਂ ਬਹੁਤੀਆਂ ਇਹ ਸੰਗ੍ਰਹਿ ਦੀਆਂ ਕਵਿਤਾਵਾਂ ਉਹ ਅਸਲ ਦੇ ਵਿੱਚ ਖੁਦ ਭਿੱਖੂ ਹੋ ਜਾਣ ਦੀ ਇੱਕ ਜਿਹਨੂੰ ਕਹਿ ਸਕਦੇ ਹਾਂ ਯਾਤਰਾ। ਜਿਹੜੀਆਂ ਤਨਦੀਪ ਦੀਆਂ ਜ਼ਿਆਦਾ ਕਵਿਤਾਵਾਂ ਨੇ ਨਾ ਉਹ ਪ੍ਰੇਮੀ ਰੂਪ ਤਾਂ ਹੈ ਹੀ ਹੈ, ਪੰਜਾਬੀ ਸੱਭਿਆਚਾਰ ਦੇ ਨੇੜੇ ਰਹਿੰਦੀਆਂ, ਰੁੱਤਾਂ ਤੇ ਮੌਸਮਾਂ ਦੇ ਉੱਤੇ ਉਹਨੂੰ ਬਹੁਤ ਵਸੀਕਾਰ ਆ, ਉਹ ਰੁੱਤਾਂ ਦਾ ਬਹੁਤ ਜ਼ਿਕਰ ਕਰਦੀ ਹੈ। ਉਪਨਿਸ਼ਦਾਂ ਦਾ ਉਹਦੇ ਤੇ ਪ੍ਰਭਾਵ ਆ, ਜਦੋਂ ਕਿ ਪਰਮਿੰਦਰ ਸੋਢੀ ਦੀਆਂ ਕਵਿਤਾਵਾਂ ਦੇ ਉੱਤੇ ਮੈਨੂੰ ਇਹ ਲੱਗਿਆ ਕਿ ਜ਼ਿਆਦਾ ਜਿਹੜਾ ਹੈਗਾ ਜਪਾਨੀ ਜ਼ੈਨ ਵਿਚਾਰਧਾਰਾ ਦਾ, ਖਾਸ ਕਰਕੇ ਹਾਈਕੂ ਕਾਵ ਤੇ ਕਥਾਵਾਂ ਦਾ, ਜਿਹੜਾ ਹਾਈਕੂ ਤੇ ਕਥਾਵਾਂ ਦਾ ਮੇਲ ਆ ਉਹਦਾ ਨਾ ਜਿਹੜਾ ਭਿੱਖੂ ਆ ਉਹ ਰਵਾਇਤੀ ਭਿੱਖੂ ਦਾ ਨਾ ਅਧਨੁਕੀਕਰਨ ਹੋ ਜਾਂਦਾ, ਜਦੋਂ ਕਿ ਤਨਦੀਪ ਦਾ ਜਿਹੜਾ ਭਿੱਖੂ ਆ ਜ਼ਿਆਦਾਤਰ ਉੱਥੇ ਹੀ ਖੜਾ, ਪਰ ਜਿਹੜਾ ਪਰਮਿੰਦਰ ਸੋਢੀ ਦਾ ਭਿੱਖੂ ਆ ਉਹਦਾ ਅਧਨੁਕੀਕਰਨ ਹੋਇਆ ਹੋਇਆ। ਵੈਸੇ ਤਾਂ ਇਸ ਤਰ੍ਹਾਂ ਦੀ ਸ਼ਾਇਦ ਦੋਹਾਂ ਦੇ ਵਿੱਚ ਤੁਲਨਾ ਕਰਨੀ ਜਾਇਜ਼ ਨਹੀਂ,
ਪਰ ਜਦੋਂ ਅਸੀਂ ਨਾਲੋ ਨਾਲ ਕਵਿਤਾਵਾਂ ਪੜ੍ਹਦੇ ਹਾਂ ਤਾਂ ਜ਼ਰੂਰ ਸਾਡੇ ਮਨ ਵਿੱਚ ਕੁਝ ਵਿਚਾਰ ਉਪਜਦੇ ਆ। ਪਰਮਿੰਦਰ ਸੋਢੀ ਦੀ ਕਵਿਤਾਵਾਂ ਵਿੱਚ ਨਾ ਕੁਦਰਤ ਜ਼ਿਆਦਾ ਹੈ ਤੇ ਕੁਝ ਵਰਤਾਂਤਕ ਕਥਾਵਾਂ ਜਿਹੜੀਆਂ ਉਹ ਇੱਕ ਤਰ੍ਹਾਂ ਦਾ ਕਾਵਿ ਰੂਪਾਂਤਰਣ ਆ ਵਰਤਾਂਤਕ ਕਥਾਵਾਂ ਦਾ। ਦਾਰਸ਼ਨਿਕ ਵਧੇਰੇ ਆ ਤੇ ਗੁਰਬਾਣੀ ਦਾ ਪ੍ਰਭਾਵ ਵੀ ਵਧੇਰੇ ਤੀਬਰ ਹੈਗਾ। ਹਾਲਾਂਕਿ ਕਿਤੇ ਗੁਰਬਾਣੀ ਦੀਆਂ ਲਾਈਨਾਂ ਨੀ ਆਉਂਦੀਆਂ ਪਰ ਗੁਰਬਾਣੀ ਦਾ ਪ੍ਰਭਾਵ ਵਧੇਰੇ ਤੀਬਰ ਆ। ਜੈਸੇ ਜਲ ਮੈਂ ਕਮਲ ਨਰਾਲਮ ਵਾਲੀ ਜਿਹੜੀ ਗੱਲ ਆ ਵਾਰ ਵਾਰ ਆਉਂਦੀ ਆ, ਹੱਸਦਿਆਂ ਖੇਡਦਿਆਂ ਮੁਕਤ ਹੋਣ ਦਾ ਪ੍ਰਭਾਵ ਆਉਂਦਾ। ਖਾਸ ਕਰਕੇ ਇਹ ਕਿ ਜਿਹੜਾ ਭਿੱਖੂ ਆ ਉਹ ਬਾਰਾਂ ਦੇ ਵਿੱਚ ਜਾਂ ਕਾਫੀ ਹਾਊਸ ਦੇ ਵਿੱਚ ਜਾਂਦਾ ਤੇ ਉੱਥੇ ਜਿਹੜੀਆਂ ਗੇਸ਼ਾ ਕੁੜੀਆਂ ਹੈਗੀਆਂ, ਮੈਨੂੰ ਉਹਦੀ ਪਰੰਪਰਾ ਬਾਰੇ ਬਹੁਤਾ ਨੀ ਪਤਾ, ਜਿੰਨਾ ਕੁ ਮੈਂ ਉਹਦੇ ਬਾਰੇ ਪੜ੍ਹਿਆ ਉਸ ਪਰੰਪਰਾ ਬਾਰੇ ਕਿ ਉਹ ਕੁੜੀਆਂ ਜਿਹੜੀਆਂ ਧਨ ਮਨ ਦੀ ਸੇਵਾ ਕਰਦੀਆਂ, ਉਹ ਭਿੱਖੂ ਜਿਹੜਾ ਉਹ ਸੇਵਾ ਕਰਦਾ ਕਰਵਾਉਂਦਾ ਉਹਨਾਂ ਵਿੱਚ ਵਿਚਰਦਾ ਵੀ ਉਹਨਾਂ ਤੋਂ ਨਰੇਪ ਰਹਿੰਦਾ। ਇਹ ਜਿਹੜਾ ਆਧੁਨਿਕ ਭਿੱਖੂ ਬਣਾਇਆ ਹੈਗਾ ਪਰਮਿੰਦਰ ਸੋਢੀ ਦਾ, ਮੈਨੂੰ ਲੱਗਦਾ ਕਿ ਉਹਦੀ ਜਿਹੜੀ ਵੱਡੀ ਪ੍ਰਾਪਤੀ ਜੇ ਮੈਂ ਕਹਾਂ ਕਿ ਵੀ ਉਹ ਇਸ ਕਿਸਮ ਦੀ ਆ ਕਿ ਉਹ ਸਾਰਾ ਕੁਝ ਕਰਦਾ ਵੀ ਆ। ਮੰਨ ਲਓ ਉਹਦੀ ਕਵਿਤਾ ਹੈਗੀ ਆ ਕਿ ਉਹ ਮਹਾਨਗਰ ਪਹੁੰਚ ਜਾਂਦਾ ਹੈ, ਇਸ਼ਟਾ ਕੁੜੀਆਂ ਉਸਦੇ ਕਾਸੇ ਨੂੰ ਚੁੰਮਣਾ ਜੱਫੀਆਂ ਤੇ ਰੰਗਾਂ ਨਾਲ ਨੱਕੋ ਨੱਕ ਭਰ ਦਿੰਦੀਆਂ। ਗਈ ਰਾਤ ਕੁੱਟੀਆ ਪਰਤ ਸੌਣ ਤੋਂ ਪਹਿਲਾਂ ਭਿੱਖੂ ਸੋਚਦਾ ਇੰਨਾ ਵੀ ਰੰਗਹੀਨ ਨਹੀਂ ਹੈ ਸੰਸਾਰ। ਇਸ ਕਿਸਮ ਦੀ ਜਿਹੜੀ ਕਵਿਤਾ ਹੈਗੀ ਆ ਉਹ ਮੈਨੂੰ ਉਹਦੀ ਬਹੁਤ ਪ੍ਰਭਾਵਿਤ ਕਰਦੀ ਆ। ਅਸਲ ਗੱਲ ਤੇ ਇਹ ਆ ਕਿ ਅਜਿਹੀਆਂ ਕਵਿਤਾਵਾਂ ਨੂੰ ਪੜ੍ਹਨਾ, ਮਾਨਣਾ, ਸਮਝਣਾ ਬਹੁਤ ਸੌਖਾ, ਅਮਲ ਚ ਲਿਆਉਣਾ ਬਹੁਤ ਔਖਾ ਹੈ, ਕਿਉਂਕਿ ਜਿਹੜੀ ਸਾਡੀ ਭੱਜ ਦੌੜ ਦੀ ਜ਼ਿੰਦਗੀ ਆ ਉਹਦੇ ਵਿੱਚ ਬੰਦੇ ਦਾ ਜਿਹੜਾ ਬਹੁਤਾ ਸਮਾਂ ਉਹ ਰੋਟੀ ਰੋਜੀ ਅਰਜਿਤ ਕਰਦੇ ਲੰਘ ਜਾਂਦਾ। ਜਦੋਂ ਉਸ ਦੌੜ ਤੋਂ ਕੁਝ ਸਮਾਂ ਮਿਲਦਾ ਤਾਂ ਬਾਜ਼ਾਰ, ਖਾਸ ਕਰਕੇ ਜਿਹੜਾ ਮਨੋਰੰਜਨੀ ਬਾਜ਼ਾਰ ਆ, ਉਹ ਵਿਅਕਤੀ ਨੂੰ ਘੇਰ ਲੈਂਦਾ ਤੇ ਦਾਰਸ਼ਨਿਕ ਪ੍ਰਸ਼ਨਾਂ ਨੂੰ ਤਾਂ ਛੱਡੋ, ਆਪਣੇ ਕੋਲ ਵੀ ਨਹੀਂ ਬਹਿਣ ਦਿੰਦਾ। ਆਪਣੇ ਕੋਲੇ ਬਹਿਣ ਦੀ ਕਵਿਤਾ ਹੈ। ਮੈਂ ਇਸ ਨੂੰ ਪੜ੍ਹਦਿਆਂ ਮਹਿਸੂਸ ਕੀਤਾ ਕਿ ਲਿਖਣ ਲਈ ਇੱਕ ਪੜਾਅ ਤੈਅ ਕਰਨਾ ਪੈਂਦਾ। ਇਹ ਕੇਵਲ ਲਿਖਣ ਦੀ ਨਹੀਂ ਸਗੋਂ ਜ਼ਿੰਦਗੀ ਜੀਣ ਦੀ ਕਲਾ ਦੀ ਕਵਿਤਾ ਹੈਗੀ ਆ। ਇਹ ਨਾ ਵੀ ਲਿਖੀਆਂ ਜਾਂਦੀਆਂ ਤਾਂ ਇਹ ਇੱਕ ਜ਼ਿੰਦਗੀ ਜੀਵੀ ਆ। ਦੋਵਾਂ ਕਵੀਆਂ ਨੇ ਉਹ ਭਿੱਖੂਆਂ ਵਾਲੀ ਜ਼ਿੰਦਗੀ ਆ ਕਿ ਜ਼ਿੰਦਗੀ ਜੀਣੀ ਵੀ ਆ, ਉਸ ਦੇ ਵਿੱਚ ਜਿਹੜੀਆਂ ਦੁਸ਼ਵਾਰੀਆਂ ਉਹਨਾਂ ਦਾ ਸਾਹਮਣਾ ਵੀ ਕਰਨਾ, ਇਸ ਦੇ ਨਾਲ ਹੀ ਇਸ ਦੁਨੀਆਂ ਤੋਂ ਨਿਰਲੇਪ ਵੀ ਰਹਿਣਾ। ਇਹਨਾਂ ਦੋਹਾਂ ਦੌਰਾਨ ਜਿਹੜਾ ਸੰਤੋਲ ਆ ਉਹ ਕਵੀਆਂ ਨੇ ਬਣਾਇਆ ਜਾਂ ਕਵੀਆਂ ਨੇ ਉਸ ਦਾ ਇੱਕ ਰਾਹ ਦਰਸਾਇਆ। ਮੈਨੂੰ ਆਪਣੇ ਆਪ ਦੇ ਵਿੱਚ ਇਹ ਕਵਿਤਾ ਪੜ੍ਹਦਿਆਂ ਇੱਕ ਵੱਖਰੇ ਕਿਸਮ ਦਾ ਅਨੁਭਵ ਹੋਇਆ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਮੇਰੇ ਬਹੁਤੇ ਵਿਚਾਰ ਆ ਜਿਹੜੇ ਜ਼ਿੰਦਗੀ ਦੇ ਪ੍ਰਤੀ, ਜਿਹੜਾ ਮੇਰਾ ਜੀਵਨ ਦ੍ਰਿਸ਼ਟੀਕੋਣ ਆ ਉਹ ਕਾਫੀ ਹੱਦ ਤੱਕ ਵੱਖਰਾ ਢੰਗ ਦਾ ਹੈਗਾ, ਪਰ ਇਸ ਕਿਤਾਬ ਨੂੰ ਪੜ੍ਹਦਿਆਂ ਮੈਂ ਕੁਝ ਆਪਣੇ ਆਪ ਨੂੰ ਬਦਲਦਿਆਂ ਮਹਿਸੂਸ ਕੀਤਾ। ਇੱਕ ਵਾਰ ਮੈਂ ਇੰਨੀਆਂ ਗੱਲਾਂ, ਜੇ ਕੁਝ ਦੋਸਤਾਂ ਨੇ ਕੁਝ ਹੋਰ ਗੱਲਾਂ ਕੀਤੀਆਂ ਤੇ ਫਿਰ ਆਪਾਂ ਅੱਗੇ ਇਸ ਕਿਤਾਬ ਤੇ ਹੋਰ ਗੱਲਾਂ ਵੀ ਕਰਾਂਗੇ। ਮਿਹਰਬਾਨੀ, ਸ਼ੁਕਰੀਆ। ਬਹੁਤ ਵਧੀਆ ਮਨੀਸ਼ ਜੀ, ਬਹੁਤ ਬਹੁਤ ਸ਼ੁਕਰੀਆ। ਰਜਿੰਦਰਪਾਲ ਜੀ, ਜਿਵੇਂ ਕਿ ਵਿਚਾਰ ਚਰਚਾ ਤੋਂ ਸ਼ੁਰੂ ਤੋਂ ਹੀ ਕਹਿਤਾ ਸੀ ਕਿ ਟੈਕਸਟ ਭਲਾ ਹੀ ਇੱਕ ਹੈ, ਪਰੰਤੂ ਉਸ ਟੈਕਸਟ ਦੇ ਨਾਲ ਸਾਡੇ ਜਦੋਂ ਵੱਖ ਵੱਖ ਬੁਲਾਰੇ ਨਾਲ ਜੁੜਨਗੇ ਤਾਂ ਉਸਦੀ ਇੰਟਰਟੈਕਸਟੁਅਲਿਟੀ ਵੀ ਕੁਝ ਵੱਖਰੀ ਕਿਸਮ ਦੀ ਹੀ ਹੋਈ। ਸੋ ਇਹੀ ਇੱਕ ਕਾਰਨੀਵਾਲ ਹੈ। ਤੁਸੀਂ ਬਹੁਤ ਹੀ ਬਖੂਬੀ, ਖਾਸ ਕਰਕੇ ਤੁਸੀਂ ਆਪਣਾ ਇੱਕ ਵਿਚਾਰਧਾਰਕ ਏਜੰਡਾ ਵੀ ਸਾਂਝਾ ਕੀਤਾ, ਔਰ ਕਿਸੇ ਕਿਤਾਬ ਨੂੰ ਪੜ੍ਹਨ ਦੇ ਲਈ ਤੁਸੀਂ ਤੁਹਾਨੂੰ ਕਿੰਨਾ ਕੁ ਮਜਬੂਰ ਵੀ ਹੋਣਾ ਪਿਆ ਕਿ ਮੈਂ ਇਸਨੂੰ ਅਲੱਗ ਐਂਗਲ ਤੋਂ ਕਿਵੇਂ ਪੜ੍ਹਾਂ, ਔਰ ਇਸਦੇ ਵਿੱਚੋਂ ਮੈਂ ਕਿਵੇਂ ਨਵੇਂ ਸੰਵਾਦਾਂ ਦੇ ਨਾਲ ਖੁਦ ਵੀ ਜੁੜ ਸਕਦਾ। ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤਨਦੀਪ ਤਮੰਨਾ ਔਰ ਪਰਮਿੰਦਰ ਜੀ ਸੋਢੀ ਹੋਣਾ ਦਾ ਜੋ ਸਮਰੱਥਾ ਹੈ, ਜੋ ਯੋਗਤਾ ਹੈ ਕਾਵਿ ਭਾਸ਼ਾ ਦੇ ਸੰਬੰਧ ਵਿੱਚ ਵਿਸ਼ੇ ਪੱਖੋਂ ਜਾਂ ਜਿਹੋ ਜਿਹੀ ਅਧਿਆਤਮਿਕਤਾ ਨੂੰ ਛੋਹਣ ਦਾ ਯਤਨ ਕੀਤਾ ਜਾ ਰਿਹਾ ਥਰੂ ਅਨੁਭਵ, ਉਹ ਵੀ ਬਹੁਤ ਕਮਾਲ ਦਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ। ਔਰ ਬਹੁਤ ਸਾਰੀਆਂ ਗੱਲਾਂ ਪਰਮਿੰਦਰ ਸੋਢੀ ਜੀ ਹੋਣਾ ਨੇ ਆਪਣੀ ਭੂਮਿਕਾ ਦੇ ਵਿੱਚ ਹੀ ਸਪਸ਼ਟ ਕਰ ਦਿੱਤੀਆਂ ਸੀਗੀਆਂ ਇਸ ਸੰਗ੍ਰਹਿ ਦੇ ਵਿੱਚ, ਰਮਤਾ ਜੋਗੀ ਬਹਿਤਾ ਪਾਣੀ। ਔਰ ਜਦੋਂ ਮੈਂ ਉਹਨਾਂ ਦਾ ਇਹ ਭੂਮਿਕਾ ਪੜ੍ਹ ਰਿਹਾ ਸੀਗਾ, ਤਾਨਦੀਪ ਤਮੰਨਾ ਹੋਰਾਂ ਦੀ ਵੀ ਪੜ੍ਹੀ, ਪਰਮਿੰਦਰ ਜੀ ਸੋਢੀ ਹੋਣਾ ਦੀ ਵੀ ਪੜ੍ਹੀ ਮੈਂ ਜਦੋਂ, ਤਾਂ ਮੈਨੂੰ ਕਿਤੇ ਨਾ ਕਿਤੇ ਡਾਕਟਰ ਹਰਭਜਨ ਸਿੰਘ ਜੀ ਹੋਣਾ ਦੀ ਕਿਤਾਬ ਧੁੱਪੇ ਬਲਦਾ ਦੀਵਾ, ਉਹਦੇ ਵਿੱਚ ਇੱਕ ਲੇਖ ਸੀ ਘੁਮੱਕੜ ਸ਼ਾਸਤਰੀ ਜਿਹੜਾ ਰਾਹੁਲ ਸ਼ੰਕਰ ਤੋਏ ਨੂੰ ਸੰਬੰਧਿਤ ਸੀ। ਜਿਹੋ ਜਿਸ ਤਰ੍ਹਾਂ ਰਾਹੁਲ ਸ਼ੰਕਰ ਤੋਏ ਨੇ ਵੱਖ ਵੱਖ ਕਬੀਲਿਆਂ, ਵੱਖੋ ਵੱਖਰੀਆਂ ਸੰਸਕ੍ਰਿਤੀਆਂ ਦੇ ਵਿੱਚ ਆਪ ਰਹਿ ਕੇ, ਆਪ ਵਿਚਰ ਕੇ
जो अनुभव उन्होंने धारण किया और उस अनुभव जो पाठकों नाल जो अकादमिक अदारिया देने का या दसन का यतन किया है कितने ना कितने मैं लगता है कि परमिंदर सोढ़ी काव्य भी अजिही ही दार्शनिकता के बलबले साढ़े पाठकों नाल सांझा कर रहा है। दूसरी तुम बड़ी बखूबी गल छेड़ी हैगी है कि जेकर सब का मंगल ही होना है तो उसका जो बाइनरी ओपोजिशन तिरजे है कि हर धिर का मंगल किवें हो सकता है, कोई ना कोई तो धिर योजी होगी जी बाइनरी ओपोजिशन खड़ी होगी क्योंकि नायक इसे करके नायक है क्योंकि वह पैरल खलनायक है, जेकर खलनायक ही नहीं है तो सब नायक ने। लेकिन यह बड़ा बखूबी जरा एक वक्रा सू राह दिता है कि टैक्सट इवें भी पढ़िया जा सकता है और वक् वक् थ्योरीज के नाल जी खास करके उत्तर आधुनिक दौर के जोड़े वक् वक् उत्तर रूप साढ़े सामने आए हैं जिमें असी तुम बड़ी खूब मारना इना सौखा नहीं है और सहजी होना भी अपने आप एक अवस्था भी है और अज की मॉडर्न सोसाइटी जिथे पदार्थवादी सोच ने बंदे दे अवचेतन का वस्तीकरण किया होया ते निरंतर हो रहा है अजिहे समय दे विच अपने आप नू सहजता का भागी मनना मैनू लगता है कि बहुत कठिन कार्य है और दोनों धरतियां वक्खो वक्खरियां ने। पूर्वी समाज दे विच साडे परमिंदर सोढ़ी ने, पछमी जगत दे विच सरी कैनेडा दे विच तानदीप तमन्ना ने, दोनों का जिहड़ा अनुभव है चाहे वह बुद्धिज्म दे विचों अपने अनुभव नू निखारन दा ते काव्य भाषा दे विच ढालण दा एक खास पैराडाइम चाहे वह अध्यात्मवादी होवे चाहे वह रहस्यवादी किसी खास धरती विशेषता होवे, मैनू लगता कि उहदे नाल नाल जिहड़ियां पोस्ट कंडीशनस ने जिहड़ा तुसीं इशारा मारिया है कि कामनावां नू बस करना बड़ा मुश्किल हुंदा है। उदाहरण के तौर पर तुसीं नवतेज भारती और अजमेर रोडे होना का काव्य सांझा काव्य संग्रह लीला का जिक्र किया तो भारती होना एक मुलाकात दौरान मैं उन्होंने इंटरव्यू कर रहा है तो मैं उन्होंने एक सवाल किया, मैं डॉक्टर साहब एक भारती साहब एक सवाल पूछना सी कि मौत वड्डी हुंदी है जां इच्छा, तो उन्होंने कुछ समा चुप रह के जवाब दिता कहिंदे कि मुनीश बंदा मरना नहीं चाहता है इस तो वड्डी इच्छा की हो सकती। सो कहने का भाव यह है कि जो डेल्यूज गुआत्री भी फ्राइड के इस सिद्धांत की निखेधी करता है कि तुसी मैं असी उन्हां सारियां दमनकारी ताकतों का विरोध करते हाँ जिहड़ी बंदे की कामना का दमन कर रही है। सो मैनू लगता है जेकर कामना ही नहीं हैगी, जेकर संसार नू समझण दा उसनू उन्हूं रिझाउण दा जब तक असी मजा ही नहीं लै सकते, लुत्फ ही नहीं लै सकते, एडवेंचर तो पार की दुनिया नहीं देख सकते, तो फिर मैं लगता ना असी विराग नू समझ पावांगे ते ना ही असी बिस्माद नू समझ पावांगे क्योंकि बिस्माद रंग बिस्माद रूप तो बहुत कुछ जिहड़ा हैगा साडी वन सुबंता दे विच ही जिहड़ी एकता दे विच अनेकता दा जिहड़ा प्रवचन पिया वह भी कितना ना कितने इहदा पूरा पूरा नाल जुड़ता हैगा। और तुहाडी गल बस सुनदे आ डॉक्टर साहब एक होर चीज़ याद आई कि 2006-07 दे नेड़े नेड़े मैं एक मूवी देखी सीगी, मूवी का नाम सीगा सैमसारा। सैमसारा दे विच एक भिखू है जिसनों पूरी तरह बुद्धिज्म फिलोसफी के मुताबिक ढालिया जा रहा है, लंबी तपस्या तो बाद उसनों पूरी प्रक्रिया के राही पूरा जो भी उस वेले के रिचुअल सिगे उसनों लैके उसका स्वागत किया जाता है, लैके आया जाता है। उस घर के एक नौकरानी जी रोज पोचा ला आती है, जिहड़ा भिखू लंबी तपस्या तो बाद घरे आता है कितने ना कि नज़र घर के जी नौकरानी काम कर रही होंगी है वो देह से पैंती है, वह विचलित होंदा है, उन्हें पूरी रात नींद नहीं आती। जिहड़े वड्डे-वड्डे बजुर्ग ने इहो जिही मनोदशा देख के समझ पाते हैं कि बुद्धिज्म फिलोसफी ने उपर काम नहीं किया, पूरी तरह उन्हें सिद्धांत मुताबिक झुकिया नहीं है, वह कहता कि मैं नहीं यह काम करना है कि मेरे को बस की गल हैगी, मैं नहीं आई नहीं बन सकता, मैं तो दुनिया का। उस तो बाद की होंदा हैगा कि जेडे उत्थों दे मठ दे विच बजुर्ग होंदे ने वो कहंदे यार कि बोधी भिक्खू बनाउण दा कोई फायदा नहीं हैगा, उहनूं समाज दे विच वापस भेज दिओ कि जा जिहड़ा तो जो तेरा दिल करदा कर। जदों वापस बैक टू द पॉइंट आंदा उसदा एक औरत नाल रिश्ता बनता है, ब्याह होंदा है, सब कुछ होंदा है, औलाद होंदी है, पता नहीं उसके मन दे विच की होंदा है कि उहनूं लगदा है कि जो कुछ मैं कर रहा हाँ बिल्कुल अर्थहीन हो गया ते सानू बैक टू द बुद्धिज्म फिलोसफी क्योंकि एक फिल्म सी वो वापस फिर उससे ही वापस आंदा हैगा ताकि वो एक चंगा और सच्चा सच्चा बन सके। तो मैनू लगता है बहुत सारे
चर्चा इसे ही संवाद नवीं शोहां डॉक्टर प्रवीण जी देंगे और क्योंकि उन्होंने वावस्था भी उत्तर स्थिति अज की इस सबका मंगल हुए टैक्स उत्तर आधुनिक परपेक राही सिरज के नवे संवाद किस तरह पैदा करेंगे किहो जी छो देंगे तो मैं गुजारिश करूंगा डॉक्टर प्रवीण जी वेलकम सर डॉक्टर प्रवीण जी मोस्ट वेलकम हाँ जी प्रवीण जी जी मेरी आवाज आ रही मैं आवाज नहीं आ रही थी सर आ रही है आवाज आ रही है दविंदर कोई प्रॉब्लम आ रही सर तो आवाज आ रही है मेरी आवाज आ रही सर तनु जी डॉक्टर साहब आ रही आवाज आ रही डॉक्टर साहब पर मेनू किसी की आवाज सुन नहीं रही मेनू लगता डॉक्टर साहब तुहाडी आवाज आ रही है तुहाडी आवाज आ रही है डॉक्टर साहब असि अपना साइलेंट किया होया मैं लगता मैं दोबारा ज्वाइन करदा आवाज मेनू ना कुछ तुहाडी आवाज बिल्कुल ठीक आ रही है जे साडी आवाज नहीं सुनती क्योंकि असि बोल ही नहीं रहे मेरा ख्याल है और दोबारा ज्वाइन करेंगे जी जी सर आए नहीं मुझे नहीं कितने प्रवचन शुरू करो मैं पुस्तक दे लई विचार चर्चा लई सदे पत्र लई भाई वीर सिंह साहित सदन का धन्यवाद करना चाहना और नाल दी नाल डॉक्टर महेंद्र सिंह जी जेड़े लगातार इस उपराले नू कंटिन्यू रखते ने इस विचार चर्चा विच विराजमान प्रोफेसर रजिंदर पाल बराड़ जी परमिंदर सोढ़ी जी डॉक्टर मनीष जी ते होर भी स्रोतागण जो भी इस विचार चर्चा नूं सुन जदों मैं इस किताब की गल जिसका टाइटल सबका मंगल होया ते हुण तक प्रोफेसर बराड़ होणा ने जिहड़ी गलबात इस पुस्तक दे बारे च शुरू कीती ते डॉक्टर मनीष होणा ने उहनू बड़े वधिया तरीके नाल उस संवाद नूं अगे लैके आंदा हुण तक ते इह गल मैनू इह लगण लग गई कि इह किताब इस पुस्तक दे विच्चों कुझ ना कुझ इह जो पहलों सी उहदे नालों अलहदा आया है वो सवाल अलग है कि अलहदा की आ पर यह गल मन दे विच आ गई हुण तक कि इस पुस्तक दे विच जिहड़ियां कवितावां ने या नजमां ने यह कुछ ना कुछ पहले दे नालों इहदा की वक्खरता आ इहनू किस असी पंजाबी कविता दे इतिहास दे विच या पंजाबी समकाल दे विच इस कविता दा की स्थान होगा ਜਦੋਂ ਅਸੀਂ ਇਸ ਵਿਚਾਰ ਚਰਚਾ ਚ ਪੈਨੇ ਆ ਤੇ ਇਹ ਗੱਲ ਤਾਂ ਹੁਣ ਤੱਕ ਹੋ ਗਈ ਕਿ ਇਹ ਕੁਛ ਨਾ ਕੁਛ ਇਹਦੇ ਵਿੱਚ ਡਿਫਰੈਂਟ ਆ ਕਿਉਂਕਿ ਜਦੋਂ ਮੈਂ ਇਹ ਸਮਝਦਾ ਕਿ ਜਦੋਂ ਵੀ ਕੋਈ ਆਉਂਦੀ ਆ ਤੇ ਉਸ ਟੈਕਸਟ ਦਾ ਜਿਹੜਾ ਟਾਈਮ ਪੀਰੀਅਡ ਆ ਸਮਾਂ ਸਥਾਨ
ਨਾ ਕਿਤੇ ਉਹ ਉਹ ਕਾਊਂਟ ਹੁੰਦਾ ਉਸ ਟੈਕਸਟ ਦੇ ਨਾਲ ਕਿ ਉਹ ਇਸ ਸਮੇਂ ਦੇ ਰਚੀ ਜਾ ਰਹੀ ਆ ਉਹ ਕਿਉਂ ਰਚੀ ਜਾ ਰਹੀ ਆ ਉਹਦੇ ਪਿੱਛੇ ਕਿਹੜੇ ਕੰਮ ਕਰਦੇ ਕਾਰਜਸ਼ੀਲ ਨਿਯਮ ਨੇ ਜਿਹੜੇ ਉਸ ਟੈਕਸਟ ਨੂੰ ਜਿਹੜਾ ਆ ਉਹ ਸਾਹਮਣੇ ਲੈ ਕੇ ਆਉਂਦੇ ਨੇ ਤੇ ਮੈਂ ਸਾਰਾ ਜਦੋਂ ਸ਼ੁਰੂ ਤੋਂ ਪੰਜਾਬੀ ਇਤਿਹਾਸ ਬਾਰੇ ਵੇਖਣਾ ਸ਼ੁਰੂ ਕੀਤਾ ਕਿ ਇਹ ਕਵਿਤਾ ਕਿੱਥੇ ਆ ਕੇ ਖੜਦੀ ਹੈ ਇਹ ਜਿਹੜੀ ਪਰਮਿੰਦਰ ਸੋਢੀ ਤੇ ਤਨਦੀਪ ਤਮੰਨਾ ਹੋਣਾ ਚ ਟੈਕਸਟ ਆਈ ਆ ਵੀਹਵੀਂ ਸਦੀ ਦਾ ਜਿਹੜਾ ਅਖੀਰਲਾ ਪੜਾਅ ਤੇ 21ਵੀਂ ਸਦੀ ਦਾ ਜਦੋਂ ਪਹਿਲੇ ਦੌਰ ਜਿਹੜਾ ਤੀਸਰਾ ਦਹਾਕਾ ਚੱਲ ਰਿਹਾ ਮੈਨੂੰ ਇੰਜ ਲੱਗਦਾ ਆ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਦਾ ਬਦਲਾਵਾਂ ਦਾ ਯੁੱਗ ਗਿਆ ਹੈ ਹੁਣ ਇਹ ਜਿਹੜੇ ਬਦਲਾਅ ਨੇ ਇਹ ਬਦਲਾਅ ਕੀ ਨੇ ਨੰਬਰ ਇੱਕ ਕਿ ਜਿਹੜੇ ਪੱਧਰ ਦੇ ਬਦਲਾਅ ਨੇ ਜਿਹੜੇ ਥਿਊਰੀ ਦੇ ਪੱਧਰ ਦੇ ਬਦਲਾਅ ਨੇ ਥਰੈਟੀਕਲ ਪਰਸਪੈਕਟਿਵ ਜਿਹੜੇ ਚੇਂਜ ਨੇ ਪੈਰਾਡਾਈਮ ਸ਼ਿਫਟਾਂ ਦੇ ਵਿੱਚ ਜਿਹੜੀ ਚੇਂਜ ਵਾਪਰਨੀ ਸ਼ੁਰੂ ਹੋਈ ਆ ਦੂਸਰਾ ਹੈਗਾ ਕਿ ਵਿਹਾਰਕ ਬਦਲਾਅ ਜਿਹੜੇ ਆਏ ਨੇ ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਬਦਲਾਅ ਚੰਗੇ ਨੇ ਜਾਂ ਮਾੜੇ ਨੇ ਇਹਦੇ ਵੱਲ ਨਹੀਂ ਜਾ ਰਿਹਾ ਮੈਂ ਬਦਲਾਅ ਦੀ ਗੱਲ ਕਰ ਰਿਹਾ ਕਿ ਬਦਲਾਅ ਆ ਰਹੇ ਨੇ ਇਹ ਵਿਹਾਰਕ ਬਦਲਾਅ ਜਿਹੜੇ ਥਿਊਰੀ ਤੋਂ ਉਪਰੰਤ ਆਉਂਦੇ ਨੇ ਜਾਂ ਥਿਊਰੀ ਤੋਂ ਬਾਅਦ ਵੈਸੇ ਕਈ ਵਾਰੀ ਵਿਹਾਰ ਵਿਚਾਰ ਪੈਦਾ ਹੁੰਦਾ ਕਈ ਵਾਰੀ ਕਿ ਮੈਂ ਇਹ ਸਮਝਦਾ ਬਹੁਤੀ ਵਾਰੀ ਵਿਹਾਰ ਦੇ ਵਿੱਚੋਂ ਵਿਚਾਰ ਪੈਦਾ ਹੁੰਦਾ ਆ ਫਾਰ ਐਗਜ਼ਾਮਪਲ ਅਸੀਂ ਪੰਜਾਬੀ ਦੀ ਕਵਿਤਾ ਲੈਂਦੇ ਹਾਂ ਜਦੋਂ ਹੁਣ ਤੱਕ ਜਿਹੜੀ ਕੈਟਾਗਰਾਈਜੇਸ਼ਨ ਕੀਤੀ ਗਈ ਆ ਪੰਜਾਬੀ ਪੋਇਟਰੀ ਦੇ ਵਿੱਚ ਜਿਵੇਂ ਪ੍ਰਵਿਰਤੀਆਂ ਦੀ ਗੱਲ ਕਰਦੇ ਹਾਂ ਰਹੱਸਵਾਦੀ ਕਵਿਤਾ ਨਵ ਰਹੱਸਵਾਦੀ ਕਵਿਤਾ ਪ੍ਰਗਤੀਵਾਦੀ ਕਵਿਤਾ ਪ੍ਰਯੋਗਵਾਦੀ ਕਵਿਤਾ ਜੁਝਾਰਵਾਦੀ ਕਵਿਤਾ ਨਾਰੀਵਾਦੀ ਕਵਿਤਾ ਤੇ ਪ੍ਰਵਾਸੀ ਕਵਿਤਾ ਮੇਰੇ ਸਮਝਣ ਦੇ ਮੁਤਾਬਕ ਇਹ ਜਿਹੜੀ ਕੈਟਾਗਰਾਈਜੇਸ਼ਨ ਹੋਈ ਆ ਖਾਸ ਕਰਕੇ ਪੰਜਾਬੀ ਲਿਟਰੇਚਰ ਦੀ ਇੱਕ ਖਾਸ ਵਿਧਾ ਪੰਜਾਬੀ ਕਵਿਤਾ ਦੀ ਸਿੰਗਲ ਵਿਜ਼ਨ ਦੇ ਵਿੱਚੋਂ ਨਿਕਲੀ ਹੋਈ ਕੈਟਾਗਰਾਈਜੇਸ਼ਨ ਹੈ ਸਿੰਗਲ ਵਿਜ਼ਨ ਦਾ ਮਤਲਬ ਕਿ ਜਦੋਂ ਜੇ ਉਹ ਕਵਿਤਾ ਰਹੱਸਵਾਦੀ ਕਵਿਤਾ ਆ ਤੇ ਉਹ ਕੱਲੀ ਰਹੱਸਵਾਦੀ ਕਵਿਤਾ ਨਹੀਂ ਹੈ ਉਹਦੇ ਨਾਲ ਉਹ ਕਵਿਤਾ ਹੋਰ ਵੀ ਕੁਝ ਹੈ ਜੇ ਨਵ ਰਹੱਸਵਾਦੀ ਆ ਤੇ ਉਹ ਨਵ ਰਹੱਸਵਾਦੀ ਤੇ ਹੈ ਉਹਦੇ ਨਾਲ ਉਹ ਹੋਰ ਕਵਿਤਾ ਵੀ ਹੈ ਪ੍ਰਗਤੀਵਾਦੀ ਵੀ ਕਵਿਤਾ ਆ ਤੇ ਉਹਦੇ ਨਾਲ ਵੀ ਉਸ ਸਮੇਂ ਦੌਰਾਨ ਉਸ ਦੌਰ ਦੇ ਵਿੱਚ ਲਿਖੀ ਗਈ ਕਵਿਤਾ ਸੋ ਉਹ ਜਿਹੜੀਆਂ ਚੀਜ਼ਾਂ ਇੱਕ ਸਿੰਗਲ ਵਿਜ਼ਨ ਤੋਂ ਅਣਗੌਲੀਆਂ ਰਹੀਆਂ ਉਹਨਾਂ ਦੇ ਵਿੱਚੋਂ ਜਿਹੜਾ ਮੇਰੀ ਆਵਾਜ਼ ਆ ਰਹੀ ਮੈਨੂੰ ਕਨੈਕਸ਼ਨ ਦੀ ਥੋੜੀ ਠੀਕ ਆ ਰਹੀ ਹੈ ਸੋ ਇਹਦੇ ਵਿੱਚੋਂ ਜਿਹੜੀ ਇਹ ਕਾਵਿ ਸੰਗ੍ਰਹਿ ਆ ਇਹਦੇ ਵਿੱਚ ਜਿਵੇਂ ਇਹ ਸਵਾਲ ਆ ਗਿਆ ਕਿ ਇਹ ਸਵਾਲ ਹੁਣ ਤੱਕ ਪੈਦਾ ਹੋ ਗਿਆ ਇਸ ਡਿਬੇਟ ਦੇ ਵਿੱਚ ਕਿ ਇਹ ਕਿਵੇਂ ਕੰਪਲੀਟ ਕਵਿਤਾ ਕਿਵੇਂ ਆਏ ਕੰਪਲੀਟ ਮਨੁੱਖ ਦੀ ਕਿਵੇਂ ਕਵਿਤਾ ਹੋ ਸਕਦੀ ਹੈ ਪਹਿਲੀ ਗੱਲ ਤੇ ਮੈਂ ਇਹ ਮੰਨਣਾ ਚਾਹੂੰਗਾ ਕਿ ਜਿਹੜੀ ਕੈਟਾਗਰਾਈਜੇਸ਼ਨ ਪੰਜਾਬੀ ਕਵਿਤਾ ਦੇ ਵਿੱਚ ਸੀ ਕਿ ਇਹ ਇੱਕ ਨਾਰੀਵਾਦਤਾ ਜਾਂ ਨਾਰੀ ਵੱਲੋਂ ਲਿਖੀ ਗਈ ਜਾਂ ਕੋਈ ਬੰਦਾ ਪ੍ਰਵਾਸ ਦੇ ਵਿੱਚ ਬੈਠਾ ਤੇ ਪ੍ਰਵਾਸੀ ਕਵਿਤਾ ਆ ਉਸ ਕੈਟਾਗਰਾਈਜੇਸ਼ਨ ਨੂੰ ਇਹ ਕਵਿਤਾ ਨੇ ਬ੍ਰੇਕ ਕੀਤਾ ਇਹ ਤੇ ਮੈਨੂੰ ਸਮਝ ਆਈ ਆ ਕਿ ਜਿਹੜੀ ਜੈਂਡਰ ਇੱਕ ਅਸੀਂ ਵੱਖਰੀ ਤਰ੍ਹਾਂ ਦੀ ਇੱਕ ਮਾਡਲ ਬਣਾ ਰਿਹਾ ਸੀ ਕਿ ਨਾਰੀ ਦੇ ਵੱਲੋਂ ਲਿਖੀ ਹੋਈ ਆ ਜਾਂ ਉਹਦੇ ਵਿਚਾਰ ਦੇ ਪੱਧਰ ਤੇ ਸੋ ਇਹ ਕਵਿਤਾ ਨੇ ਪਹਿਲੀ ਵਾਰੀ ਜਿਵੇਂ ਰੋਡੇ ਹੋਣਾ ਦੀ ਕਿਤਾਬ ਦਾ ਜ਼ਿਕਰ ਹੋ ਚੁੱਕਾ ਉਸ ਤੋਂ ਬਾਅਦ ਐਡਿਟ ਕਿਤਾਬਾਂ ਦੇ ਬਹੁਤ ਪੰਜਾਬੀ ਚ ਮਿਲਦੀਆਂ ਨੇ ਪਰ ਜਦੋਂ ਅਸੀਂ ਇਸ ਕਵਿਤਾ ਨੂੰ ਮੈਂ ਇਹ ਮੰਨਦਾ ਹਾਂ ਕਿ ਇਹ ਕਵਿਤਾ ਇੱਕ ਵਿਚਾਰ ਦੇ ਪੱਧਰ ਦੇ ਉੱਤੇ ਜੈਂਡਰ ਦੀ ਜਿਹੜੀ ਓਪੋਜੀਸ਼ਨ ਸੀ ਉਹਨੂੰ ਇਹ ਤੇ ਇੱਕ ਕੰਪਲੀਟ ਮਨੁੱਖਤਾ ਦੀ ਕਵਿਤਾ ਦੇ ਰੂਪ ਦੇ ਵਿੱਚ ਆ ਰਹੀ ਆ ਮਨੁੱਖ ਕੰਪਲੀਟ ਕਿਵੇਂ ਹੁੰਦਾ ਮੈਂ ਅੱਗੇ ਜਾ ਕੇ ਗੱਲ ਕਰੂੰਗਾ ਜਦੋਂ ਮੈਂ ਆਪਣੇ ਦੂਸਰੇ ਪੁਆਇੰਟ ਤੇ ਆਉਣਾ ਕਿ ਇਹ ਦੇ ਵਿੱਚੋਂ ਵੀ ਕਈ ਵਾਰੀ ਵਿਚਾਰ ਪੈਦਾ ਹੁੰਦਾ ਹੈ ਜਿਵੇਂ 108 ਮਣਕਿਆਂ ਦੀ ਤਸ਼ਬੀਹ ਦੇ ਵਿੱਚੋਂ ਮੇਰੂ ਮਣਕੇ ਵਰਗੀ ਨਜ਼ਮ ਤੋਂ ਮੈਨੂੰ ਕਿਵੇਂ ਲੱਗਾ ਕਿ ਇਹ ਥਰੈਟੀਕਲ ਪਰਸਪੈਕਟਿਵ ਵੀ ਨਾਲ ਨਾਲ ਸਿਰਜ ਰਹੀ ਆ ਜਦੋਂ ਤਨਦੀਪ ਲਿਖਦੀ ਆ ਕਿ ਅਗਨੀ ਚੋਂ ਖੰਭ ਖਿਲਾਰ ਉਹ ਉੱਡਿਆ ਤੇਰੇ ਸਾਹਮਣੇ ਡਾਰਵਨ ਦੀ ਉਤਪਤੀ ਦਾ ਸਿਧਾਂਤ ਕੀਤਾ ਤੀਲਾ ਤੀਲਾ ਤੇਰੇ ਸਾਹਮਣੇ ਤੱਕ ਲਈਆਂ ਉਹਨੇ ਸਤਰੰਗੀਆਂ ਸੱਤੇ ਸੱਤੇ ਪਰਤਾਂ ਤੇਰੇ ਸਾਹਮਣੇ
ਮੈਨੂੰ ਲੱਗਦਾ ਅਸੀਂ ਇਹ ਦੋ ਲਾਈਨਾਂ ਦੇ ਉੱਤੇ ਹੀ ਇਹ ਗੱਲ ਕਰੀਏ ਤੇ ਦੋ ਘੰਟੇ ਬੀਤ ਸਕਦੇ ਆ। ਇਹ ਇੱਕ ਬੜਾ ਵੱਡਾ ਇਹ ਕਵਿਤਾ ਦੇ ਵਿੱਚ ਇੱਕ ਬੜਾ ਵੱਡਾ ਇੱਕ ਚੈਲੰਜ ਆ ਇਹਨੇ ਡਾਰਵਿਨ ਨੂੰ ਕੀਤਾ ਹੋਇਆ। ਹੁਣ ਇਹ ਚੈਲੰਜ ਅਸੀਂ ਮੰਨਣਾ ਜਾਂ ਇਹਨੂੰ ਨਹੀਂ ਮੰਨਣਾ ਇਹ ਸਾਡੇ ਤੇ ਡਿਪੈਂਡ ਕਰਦਾ, ਪਰ ਇੱਕ ਡਿਬੇਟ ਜਿਹੜੀ ਆ ਇਹ ਇਸ ਕਵਿਤਾ ਨੇ ਸ਼ੁਰੂ ਕੀਤੀ ਆ। ਉਹਦੇ ਨਾਲ ਹੀ ਇੱਕ ਕਵਿਤਾ ਆ, ਬਸਤੀ ਤੋਂ ਫਰਲਾਂ ਵਾਦੀ ਵਿੱਚ ਬੈਠਾ ਭੀਖੂ ਮੱਠ ਵੱਲ ਇੰਜ ਵੇਖਦਾ ਹੈ ਜਿਵੇਂ ਪਲੈਟੋ ਹੋਵੇ ਏਥਨਸ ਨੂੰ ਦੇਖਦਾ, ਹੌਲੀ ਪਰਦਾ ਤਤ ਦਰਸ਼ਨ ਚੋਂ ਮਾਇਆ ਵਈ ਭੇਖਦਾ। ਹੁਣ ਡਾਰਵਿਨ ਦੀ ਥੀਰੀ ਨੂੰ 21ਵੀਂ ਸਦੀ ਦੇ ਤੀਸਰੇ ਦਹਾਕੇ ਦੇ ਵਿੱਚ ਕੋਈ ਕਵਿਤਾ ਆ ਉਹਦੇ ਤੇ ਕੁਸ਼ਚਨ ਮਾਰਕ ਕਰ ਰਹੀ ਆ। ਜਦੋਂ ਅਸੀਂ ਡਾਰਵਿਨ ਦੇ ਗੱਲ ਇੱਕ ਬੰਨੇ ਡਾਰਵਿਨ ਆ ਇੱਕ ਬੰਨੇ ਸਾਡੇ ਕੋਲ ਏਥਨਸ ਪਲੈਟੋ ਨੂੰ ਨਾਲ ਦੀ ਨਾਲ ਪਲੈਟੋਨੀ ਜਿਹੜਾ ਥੋਟ ਆ ਉਹਨੂੰ ਬਿਲਡ ਕਰ ਰਹੀ ਆ। ਹੁਣ ਇੱਕ ਡਾਰਵਿਨ ਤੇ ਜਿਹੜਾ ਪਲੈਟੀਅਨ ਥੋਟ ਆ ਇਹਦੀ ਓਪੋਜੀਸ਼ਨ ਕਿਵੇਂ ਬਣ ਰਹੀ ਆ। ਡਾਰਵਿਨ ਦਾ ਜਿਹੜਾ ਮਨੁੱਖ ਆ ਉਹ ਹਜ਼ਾਰਾਂ ਸਾਲਾਂ ਦੀ ਪ੍ਰਗਤੀ ਹਜ਼ਾਰਾਂ ਸਰਗਾਲਾਂ ਦੀ ਕਹਿ ਲਓ ਕਿ ਉਸ ਪ੍ਰਗਤੀ ਦੇ ਵਿੱਚੋਂ ਬਾਹਰ ਆਉਂਦਾ ਆ ਮਨੁੱਖ, ਜੇ ਚਪੰਜੀ ਤੋਂ ਅੱਗੇ ਮਨੁੱਖ ਬਣਦਾ ਆ ਜਾਂ ਉਹਦੀ ਟੇਲ ਜਿਹੜੀ ਆ ਉਹ ਖਤਮ ਹੁੰਦੀ ਆ ਜਾਂ ਉਹਦੀਆਂ ਜਿਹੜੀਆਂ ਅਗਲੀਆਂ ਲੱਤਾਂ ਤੋਂ ਬਾਹਾਂ ਦਾ ਕੰਮ ਲੈਂਦਾ ਆ ਤੇ ਹੌਲੀ ਹੌਲੀ ਉਹ ਬਾਹਾਂ ਬਣਦੀਆਂ ਨੇ। ਇਹਦੇ ਪਿੱਛੇ ਟਾਈਮ ਪੀਰੀਅਡ ਬਹੁਤ ਵੱਡਾ ਟਾਈਮ ਪੀਰੀਅਡ। ਜੇ ਮੈਂ ਇਹ ਕਹਿ ਲਵਾਂ ਕਿ ਜਿਹੜੀ ਮਨੁੱਖ ਫਿਜੀਕਲ ਗਰੋਥ ਆ ਜਾਂ ਮੈਂਟਲੀ ਗਰੋਥ ਆ ਉਹਦੀ ਸਪੀਡ ਜਿਹੜੀ ਸਲੋ ਪ੍ਰੋਸੈਸ ਦੇ ਵਿੱਚੋਂ ਨਿਕਲੀ ਆ ਐਜ਼ ਪਰ ਡਾਰਵਿਨ। ਹੁਣ ਜਿਹੜੀ ਇਸ ਦੌਰ ਦੀ 80 ਤੋਂ ਬਾਅਦ ਜਿਹੜਾ ਮੈਂ ਕਿਹਾ ਸੀ 20ਵੀਂ ਸਦੀ ਦੇ ਅਖੀਰਲੇ ਦਹਾਕੇ ਤੇ ਜਿਹੜੇ ਚੇਂਜ ਦੇ ਯੁੱਗ ਨੇ ਜਾਂ ਪੈਰਾਡਾਈਮ ਸ਼ਿਫਟਾਂ ਦੇ ਯੁੱਗ ਨੇ ਤੇ ਇਹਦੇ ਵਿਚਲੀ ਜਿਹੜੀ ਸਪੀਡ ਆ ਟੈਕਨੋਲੋਜੀ ਦੇ ਨਾਲ ਇਹ ਜਿਹੜੀ ਮਨੁੱਖ ਦੀ ਸਾਈਕੀ ਦੀ ਸਪੀਡ ਆ ਉਹਦੇ ਨਾਲ ਮੈਚ ਨਹੀਂ ਬਣ ਤੇ ਮਨੁੱਖਤਾ ਜਿਹੜੀ ਇਸ ਸਮੇਂ ਕਿਸੇ ਖਾਸ ਕੁਐਸਚਨ ਦੇ ਵਿੱਚ ਪਈ ਆ, ਖਲਾਅ ਦੇ ਵਿੱਚ ਪਈ ਹੋਈ ਆ ਮਨੁੱਖਤਾ। ਹੁਣ ਇਹ ਜਿਹੜਾ ਸਵਾਲ ਹੈ ਕਿ ਇਹ ਪੁਸਤਕ ਡਾਰਵਿਨ ਦੀ ਨਾਲ ਇੱਕ ਸੰਵਾਦ ਕਰਕੇ ਇੱਕ ਵਿਚਾਰ ਜਿਹੜਾ ਆ ਉਹ ਵੱਡੇ ਰੂਪ ਚ ਪੈਦਾ ਕਰ ਰਹੀ ਆ ਕਿ ਸਾਡੀ ਜਿਹੜੀ ਸਾਈਕੀ ਆ ਕੀ ਅਸੀਂ ਜਿਹੜਾ ਉਹ ਸਾਇੰਟਿਫਿਕ ਟੈਂਪਰਾਮੈਂਟ ਸੀ, ਇਹਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਸਾਇੰਟਿਫਿਕ ਟੈਂਪਰਾਮੈਂਟ ਨੂੰ ਨਿੰਦ ਰਿਹਾ ਵਾਂ ਜਾਂ ਮੈਂ ਉਹਨੂੰ ਮੰਨ ਨਹੀਂ ਰਿਹਾ। ਮੈਂ ਕਹਿੰਦਾ ਕਿ ਨਿਰੋਲ ਸਾਇੰਟਿਫਿਕ ਟੈਂਪਰਾਮੈਂਟ ਨੂੰ ਮੰਨਣਾ ਹੀ ਕੀ ਜਾਇਜ਼ ਸੀ ਜਾਂ ਉਹਦੇ ਨਾਲ ਰਹਿ ਗਈਆਂ ਚੀਜ਼ਾਂ ਅਣਗੌਲੀਆਂ ਤੇ ਨਹੀਂ ਕਿਤੇ ਰਹਿ ਗਈਆਂ? ਕਿਤੇ ਇਹ ਉਸ ਤਰੀਕੇ ਨਾਲ ਡਾਰਵਿਨ ਨੂੰ ਕਿਤੇ ਚੈਲੰਜ ਤੇ ਨਹੀਂ ਕਰ ਰਹੀ ਕਵਿਤਾ ਜਿਹੜੀ ਆ? ਸੋ ਇਸ ਪੁਸਤਕ ਦਾ ਜਿਹੜਾ ਟਾਈਟਲ ਆ, ਜਦੋਂ ਅਸੀਂ ਜਦੋਂ ਪ੍ਰੋਫੈਸਰ ਬਰਾੜ ਹੋਣਾ ਵੀ ਗੱਲ ਕੀਤੀ ਬੱਕਰੀ ਦੀ ਸ਼ੇਰ ਦੀ ਤੇ ਟਾਈਟਲ ਜਿਹੜਾ ਮੈਂ ਸਮਝਦਾ ਇਹ ਟਾਈਟਲ ਇੱਕ ਕਿਸਮ ਦਾ ਜਿੱਦਾਂ ਸਮਾਜਵਾਦ ਜਿਹੜਾ ਸੋਸ਼ਲਿਜ਼ਮ ਦਾ ਆ ਸਬਕਾ ਮੰਗਲ ਦਾ ਮਤਲਬ ਸਭ ਦਾ ਜਿਹੜਾ ਵਾ ਉਹ ਭਲਾ ਹੋਵੇ, ਗਰੀਬ ਦਾ ਵੀ ਹੋਵੇ ਗੁਰਬੇ ਦਾ ਵੀ ਹੋਵੇ ਜਿਹੜਾ ਕਿਤੇ ਮਾਰਜਨਲਾਈਜ਼ ਲਿਆ ਉਹਦਾ ਵੀ ਭਲਾ ਹੋਵੇ। ਹੁਣ ਇਹ ਜਿਹੜਾ ਮੰਗਲ ਹੋਣਾ ਆ ਜਾਂ ਇਹ ਜਿਹੜਾ ਮਾਰਕਸਿਜ਼ਮ ਦੇ ਵਿੱਚੋਂ ਜਿਹੜਾ ਸਮਾਜਵਾਦ ਮਾਰਕਸ ਦਾ ਜਿਹੜਾ ਆ ਰਿਹਾ ਵਾ ਉਹਦੇ ਨਾਲ ਇਹ ਕਿਹੜੇ ਮੰਗਲ ਦੀ ਗੱਲ ਕਰ ਰਹੇ ਨੇ ਜਿਹੜੇ ਦੋਨੇ ਕਵੀ ਨੇ ਸਾਡੇ ਕੋਲ? ਇਹ ਉਸ ਮੰਗਲ ਦੀ ਗੱਲ ਕਰ ਰਹੇ ਨੇ, ਉਸ ਸਮਾਜਵਾਦ ਦੀ ਗੱਲ ਜਿਹੜਾ ਕਿ ਉਸ ਦੀ ਜੋਗ੍ਰਾਫੀ, ਉਸ ਬੰਦੇ ਦੇ ਫੋਕਲੋਰ ਤੇ ਈਵਨ ਉਸ ਬੰਦੇ ਦੇ ਰਿਲੀਜਨ ਤੇ ਉਸਦੀ ਅਸਥੈਟਿਕ ਦੀ ਸੰਪੂਰਨਤਾ ਦੇ ਵਿੱਚੋਂ ਨਿਕਲਿਆ ਹੋਵੇ, ਉਹ ਲੋਕਾਂ ਦਾ ਭਲਾ ਹੋਵੇ, ਉਹਦੇ ਵਿੱਚੋਂ ਪੈਦਾ ਹੋਇਆ ਮੰਗਲ ਹੋਵੇ ਜਿਹੜਾ ਉਹ ਵਾਲਾ ਉਹਦੇ ਨਾਲ। ਇਹ ਨਹੀਂ ਕਿ ਰਿਲੀਜਨ ਨੂੰ ਅਸੀਂ ਇੱਕ ਸਾਈਡ ਤੇ ਰੱਖ ਕੇ ਉਹਦੇ ਨਾਲ ਡਾਇਲੋਗ ਨਾ ਕਰੀਏ, ਅਸੀਂ ਉਹਨੂੰ ਸਿਰਫ ਅਸੀਂ ਇੱਕ ਉਹਦੇ ਨਾਲ ਉਹਦੇ 'ਚ ਉਹਦੀਆਂ ਪ੍ਰੋਬਲਮ ਇਹ 'ਚ ਕੋਈ ਦੋ ਰਾਏ ਨਹੀਂ, ਪਰ ਵਿਦਾਊਟ ਐਨੀ ਡਾਇਲੋਗ ਕਿਸੇ ਚੀਜ਼ ਨੂੰ ਨਿਗੇਟ ਕਰਕੇ ਅਸੀਂ ਕਿਸੇ ਤਰ੍ਹਾਂ ਦੀ ਚੀਜ਼ ਬਾਹਰ ਲੈ ਕੇ ਆਉਣੀ ਚਾਹੁੰਦੇ ਹਾਂ ਉਹਦੇ ਨਾਲ ਵੀ ਸਵਾਲਾਂ ਦੇ ਜਿਹੜੀ ਆ ਝੜੀ ਲੱਗਦੀ ਆ ਸਾਡੇ ਕੋਲ। ਜਿਵੇਂ ਪਰਮਿੰਦਰ ਜੀ ਕਵਿਤਾ 'ਚ ਲਿਖਦੇ ਨੇ, ਸਭ ਤੋਂ ਪਿੱਛੋਂ ਨੰਗੇ ਪੈਰ ਉਤਰਿਆ ਇੱਕ ਭੀਖੂ ਸਾਹਮਣੇ ਖੜੇ ਰੱਬ ਤੇ ਜੰਗਲ ਵੱਲ ਤੁਰ ਪਿਆ। ਰੱਬ ਨੂੰ ਵੀ ਪਤਾ ਹੈ ਭੀਖੂ ਮਹਿਮਾਨ ਹੈ ਉਸਦਾ, ਉਸਨੇ ਜੰਗਲ ਵਿੱਚ ਝੀਲ ਕੋਲ ਜਾ ਕੇ ਉਂਝ ਹੀ ਬਹਿਣਾ ਹੈ। ਹੁਣ ਇੱਥੇ ਮਨੁੱਖ ਕੁਦਰਤ ਜੰਗਲ ਉਦਾਸੀ ਦਾ ਪ੍ਰਤੀਕ ਨਹੀਂ ਰਹੇ ਸਾਡੇ ਕੋਲ। ਅਸੀਂ ਨੇਚਰ ਸੀ ਉਹਨੂੰ ਕਿਸ ਤਰੀਕੇ ਦੇ ਨਾਲ ਲਿਆ ਹੋਇਆ, ਜਿਵੇਂ ਗੱਲ ਹੋਈ ਆ ਕਿ ਨੇਚਰ ਨੂੰ ਵੀ ਦੇਖਿਆ ਹੋਇਆ ਪਿਛਲੇ ਸਮਿਆਂ ਦੇ ਵਿੱਚ ਆਪਣੇ ਮਾਡਲਾਂ ਦੇ ਵਿੱਚ।
सो इत्थे मनुख कुदरत जंगल उदासी का प्रतीक नहीं, एक खेड़े का प्रतीक है। हुण इह जिहड़ा खेड़ा आ की इह खेड़ा पदार्थक चीजा दे नाल ही प्राप्त होण वाला है। जे उहदे कोल पदार्थक चीजा नहीं आ प्राप्त नहीं कर सकता। जां इह सवाल वड्डे रूप च आया हुण तक, जो जिवें जिवें गुरु नानक साहब दे विकास दे विचों गल करदे, विकास नहीं उह विकास दे विचों विचरदा है। पर यह मनुख जिहड़ा प्रकृति भाषा ते आप उन्नी इंपोर्टेंस है, दे विच चुप की इंपोर्टेंस आ, उहदे रिलेशन की कविता है, मनुख की प्रकृति की भाषा की आ भाषा की चुप के रिलेशन की कविता है। इसलिए इंज की कविता उपर कई तरह के साढ़े को चिन्ह लाते हैं कि ये अबस्ट्रैक्ट ने, यह जेडे मॉडल ने, यह पंजाबी कविता दे विच अबस्ट्रक्शन पैदा हो रही है इस तरह की कविता आने के नाल। पर बेसिकली जी अबस्ट्रक्शन पे स्ट्रक्चर ने उन्होंने भी आइडेंटीफाई करने की लोड़ है, क्योंकि वो आइडेंटीफाई कि वह प्रतखण के मॉडल के नहीं आते, वो टच नहीं की स्ट्रक्चर जी पई है, उन्होंने असी टच तो बिना वाली चीज़ को मान ही नहीं सकते, चीज नहीं आती साढ़े विचार जो पहलों का है। सानू उन्होंने जिहड़े अबस्ट्रक्शन दे विच पाए हुए मॉडल ने उन्हां दी जबरदस्त हाजरी जां होंद नूं आइडेंटीफाई करन दा ही लोड़ आ, जां आइडेंटीफाई करन दा मैं कहां कि समा आ गया कि यह कोई अतकथनी नहीं होगी। इस कविता विच बहुते मॉडल सानू मिल सकते आ। परमिंदर सोढी जी कहिंदे भीखू सूरजमुखी होया उसदे पैर पर हो गए, मुख चन्न वल कीता कासा चाननी नाल भर गया। सो छाती अंदर बेरोक फुल पत्तियां वरदियां, विराग वाली लोई कदे भीखू उल्टी ओढ़ लैंदा। हुण जिहड़ा सैपरेशन जां विछोड़ा जां विराग जिहड़ा आ, इत्थे किस विराग जिहड़ा पैदा हो रहा। साढ़े कोल बाबा फरीद होना दा सैपरेशन दी काली कोयल तू किली अपने प्रीतम के बिरहों संग जाले, ये वो जिहड़ा विराग आ। ये विराग जिवें ही रांझे दे नाल विराग आ, जदों लोक गीता दे विच फौजी दा माहिए दा ढोले दा विराग आ, सूफी सारा साढ़े कोल मध्यकाली कविता दे विच इस तरह की सैपरेशन दवाइयां पा रही है साढ़े कोल, पर असी उस सैपरेशन नूं पछाण नहीं सके। हुण तक असी विछोड़े नूं नैगेटिव सेंस दे विच लिया। हुण तक जदों चीजां असी बाइनरी अपोजिशन च समझांगे, जिवें डॉक्टर मनीष भी कह रहे सी, जदों असी चीजां नूं बाइनरी अपोजिशन च समझांगे तां फिर दिन साढ़े रात दे उल्ट नजर आऊगा, मर्द सानू औरत दे उल्ट नजर आऊगी। पर यह चीजां इदां नहीं आ, यह संरचना एक दूसरे दीआं पूरक हन। विछोड़ा मेल दा भी प्रतीक आ, रात दिन दी जड़ आ, मर्द ते औरत बाइनरी च नहीं रहिंदे। तां ही यह 54 कवितावां तनदीप दीआं ते 54 सोढी साहब दीआं साढ़े कोल 108 दी बन के टाउन दा जिहड़ा सिंबल इक आ रिहा, सिंबल दे रूप दे विच आ रही है। जिवें उहनां दी कविता है, उह कर आया अंतम अरदास गठड़ी बन्ने मुरदे दी, मुश्क दी काया हड्डियां हड्डियां पुरदे दी, भुखियां गिरजा मूहरे छोटी वड्डी बोटी बोटी मुरदे दा विसर्जन हो रहा, कुटिया च सहज पत आया। जिहड़ी एक्सपैक्टेशन की गल हुई सी, खाहश की गल हुई सी कि खाहश वड्डी के मौत वड्डी, कहिंदे मुरदे दी विसर्जन होया कुटिया च सहज परत, हुण कैनवस ते ब्रह्म कमल दा सिरजन हो रहा है। हुण इह जिहड़ा सिरजन आ, नहीं ओ जागदा बोधी मंदर दीआं घंटियां दी तनकार नाल, नहीं ओ जागदा निर्मल धार नाल, रुखां नाल रुख बुत्तां नाल बुत हो चलिया भीखू। इस कविता नूं आपां इह ना समझ लईए कि इह सिर्फ परमार्थ दी कविता है, इस करके क्योंकि जदों ये कविता कहती है कि नहीं जागदा निर्मल धार नाल या बोधी मंदर दीआं घंटियां दी दनकार नाल, चाहे सारा भीखू जिहड़ा बुद्ध दे फिलोसफी चो आ रहा पर उह कहिंदा उहदे नाल वी नहीं बंदा जाग रहा। सो ये कविता जिहड़ी आ ये समझ लेना, क्योंकि ये कविता जे कोई बोधी आ ते उह इस करके बुद्ध नूं वड्डा मन रहा क्योंकि खुद बोधी आ। जे कोई
ਹਿੰਦੂ ਆ ਤੇ ਉਹ ਇਸ ਕਰਕੇ ਹਿੰਦੂਇਜ਼ਮ ਨੂੰ ਵੱਡਾ ਮੰਨ ਰਿਹਾ ਕਿ ਉਹ ਖੁਦ ਹਿੰਦੂ ਆ, ਉਹਨੂੰ ਹਿੰਦੂਇਜ਼ਮ ਨਾਲ ਕੋਈ ਨਹੀਂ ਲੈਣਾ ਦੇਣਾ। ਜੇ ਕੋਈ ਸਿੱਖ ਆ ਤੇ ਉਹ ਸਿੱਖਇਜ਼ਮ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਸਿੱਖ ਆ। ਸੋ ਇਹ ਜਿਹੜੀ ਇਸ ਤਰ੍ਹਾਂ ਦੀ ਬਰੀਕ ਈਗੋ ਬੰਦੇ ਦੇ ਅੰਦਰ ਪਈ ਆ, ਇਹ ਜਦੋਂ ਤੱਕ ਨਿਕਲਦੀ, ਜੇ ਕੋਈ ਗਾਂਧੀਵਾਦੀ ਆ ਤੇ ਉਹ ਗਾਂਧੀ ਨੂੰ ਤੁਲਨਾ ਨਹੀਂ ਕਰ ਰਿਹਾ, ਗਾਂਧੀ ਨੂੰ ਤੁਲਨਾ ਕਰਨ ਦੀ ਉਹਦੇ 'ਚ ਹੈਸੀਅਤ ਨਹੀਂ ਆ, ਉਹ ਗਾਂਧੀਵਾਦੀ ਖੁਦ ਆ ਇਸ ਕਰਕੇ ਉਹ ਗਾਂਧੀ ਨੂੰ ਵੱਡਾ ਕਰ ਰਿਹਾ। ਮਾਰਕਸਿਜ਼ਮ ਆ ਤੇ ਮਾਰਕਸ ਜਿਹੜਾ ਵੱਡਾ ਆ ਉਹ ਇਸ ਕਰਕੇ ਆ ਕਿਉਂਕਿ ਖੁਦ ਮਾਰਕਸਿਸਟ ਆ। ਸੋ ਸਾਨੂੰ ਇਸ ਵਿਚਾਰਧਾਰਾ ਦੀ ਜਿਹੜੀ ਈਗੋ ਆ, ਉਸ ਵਿਚਾਰਧਾਰਾਵਾਂ ਦੀ ਈਗੋ ਦੇ ਵਿੱਚੋਂ ਵੀ ਥੋੜਾ ਜਿਹਾ ਸਾਨੂੰ ਬਾਹਰ ਆ ਕੇ ਚੀਜ਼ਾਂ ਨੂੰ ਦੇਖਣਾ ਪਊਗਾ, ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਚੀਜ਼ਾਂ ਸਪਸ਼ਟ ਹੋਣੀਆਂ ਸ਼ੁਰੂ ਹੋਣਗੀਆਂ। ਸਮਾਜਿਕ ਹੁਣ ਇਹ ਕਿਵੇਂ, ਜਿਹੜੀ ਮੈਂ ਗੱਲ ਕੀਤੀ ਸੀ ਕਿ ਇਹ ਉਹ ਮਾਰਕਸਿਜ਼ਮ ਜਿਹੜਾ ਸੋਸ਼ਲਿਜ਼ਮ ਆ, ਕਿਉਂਕਿ ਇਹ ਜਦੋਂ ਕਹਿ ਰਿਹਾ ਬੋਧੀ ਦੀਆਂ ਮੰਦਰ ਦੇ ਵਿੱਚੋਂ ਵੀ ਨਹੀਂ ਬੰਦਾ ਜਾਗਦਾ ਟੱਲੀ ਦੇ ਨਾਲ, ਗੰਗੋਤਰੀ ਦੇ ਜਲ ਦੇ ਨਾਲ ਵੀ ਨਿਰਮਲ ਹੋ ਰਿਹਾ, ਇਹਦਾ ਮਤਲਬ ਇਹ ਰਿਲੀਜਨ ਦੇ ਪ੍ਰੋਸੈਸ ਦੇ ਵਿੱਚੋਂ ਬੰਦੇ ਨੂੰ ਨਗਾ ਕੇ ਦੇਖ ਰਿਹਾ। ਇਹ ਉਹਨੂੰ ਨਗੇਟ ਕਰਕੇ ਨਹੀਂ ਆ ਰਿਹਾ ਮਾਡਲ ਰਿਲੀਜਨ ਨੂੰ ਬਿਲਕੁਲ ਕਰਕੇ, ਇਹ ਉਹਦੇ ਵਿੱਚੋਂ ਲਿਆ ਕੇ ਉਹਦੀ ਜਿਹੜੀ ਈਗੋ ਆ ਕਿਵੇਂ ਉਹ ਭੀ ਰਿਹਾ ਉਹਨੂੰ, ਉਹ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਇੱਕ ਰਿਲੀਜਨ ਦੇ ਵਿੱਚੋਂ ਨਗਾ ਕੇ ਵਿੱਚੋਂ ਉਹ ਕਹਿ ਰਿਹਾ ਕਿ ਭਾਵੇਂ ਗੰਗਾ ਦਾ ਇਸ਼ਨਾਨ ਕਰੋ, ਭਾਵੇਂ ਮੰਦਰ ਜਾਓ, ਭਾਵੇਂ ਨਾ ਜਾਓ, ਉਸ ਤੋਂ ਬਾਅਦ ਜਿਹੜਾ ਮਨੁੱਖ ਪੈਦਾ ਹੋ ਰਿਹਾ ਵਾ ਉਹਨੂੰ ਭਾਵੇਂ ਤੁਸੀਂ ਇਨਕਲਾਬੀ ਕਹਿ ਲਓ, ਉਹਨੂੰ ਭਾਵੇਂ ਤੁਸੀਂ ਪੀਕੂ ਕਹਿ ਲਓ। ਸੋ ਲਾਸਟ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਇਹ ਕਵਿਤਾ ਜਿਹੜੀ ਆ ਇਹ ਖਾਸ ਤਰ੍ਹਾਂ ਦੇ ਇੱਕ ਫੋਕਲੋਰ ਦੇ ਵਿੱਚੋਂ ਵੀ ਆਪਣਾ ਅਕਸ ਪੈਦਾ ਕਰ ਰਹੀ ਹੈ। ਇੱਥੇ ਫੋਕਲ ਇੱਥੇ ਯੋਗ ਵੀ ਇੰਪੋਰਟੈਂਟ ਨਹੀਂ ਆ ਇਹ ਸਾਰੀ ਕਵਿਤਾ ਦੇ ਵਿੱਚ, ਚਿਤਾ ਤੋਂ ਵੀ ਡਰ ਨਹੀਂ ਆ ਰਿਹਾ, ਬਾਜ਼ਾਰ ਕੇ ਵੀ ਬਾਜ਼ਾਰ ਚੋਂ ਐਬਸੈਂਟ ਹੋਣਾ, ਜਿਵੇਂ ਬਰਾੜ ਸਾਹਿਬ ਹੋਣਾ ਸਵਾਲ ਕੀਤੇ ਕਿ ਬੜਾ ਕੰਪਲੀਕੇਟਡ ਆ ਕਿਸੇ ਚੀਜ਼ ਦੇ ਵਿੱਚ ਰਹਿ ਕੇ ਨਿਰਲੇਪ ਰਹਿਣਾ, ਇਹ ਕੋਈ ਸੌਖਾ ਕਾਰਜ ਨਹੀਂ ਆ, ਇਹ ਤਲਵਾਰ ਦੀ ਧਾਰ ਤੇ ਤੁਰਨ ਵਰਗਾ ਕਾਰਜ ਆ। ਪਰ ਜਦੋਂ ਜਿਹੜਾ ਬੰਦੇ ਦੇ ਅੰਦਰ ਦੀ ਜਿਹੜੀ ਖੜੋਤ ਆ, ਗੱਲ ਜਿਹੜੀ ਬੰਦੇ ਦੀ ਆ ਉਹ ਜ਼ਿਆਦਾ ਤੇ ਖਲਜਗਣ ਉਹਨੇ ਬਣਾਇਆ ਹੋਇਆ ਆ, ਕਾਰਪੋਰੇਟ ਦੀ ਵੀ ਹਵਸ ਆ ਉਹਦੇ ਪਿੱਛੇ, ਕਾਰਪੋਰੇਟ ਨੂੰ ਇਹ ਰੋਟੀ ਨਹੀਂ ਵੀ ਰੋਟੀ ਉਹਦੇ ਕੋਲ ਬਹੁਤ ਆ, ਪਰ ਜੇ ਉਹਦੀ ਹਵਸ ਕੰਟਰੋਲ, ਕਾਰਪੋਰੇਟ ਵੀ ਤੇ ਮਜ਼ਦੂਰ ਦੋਨੇ ਸਭ ਬਰਾਬਰ ਆ ਜਾਣਗੇ, ਦੋਨੇ ਪ੍ਰੋਬਲਮ ਉਹਦੀ ਹਵਸ ਨੂੰ ਕੰਟਰੋਲ ਕਰਨ ਦੀ ਆ। ਕਹਿੰਦੇ ਜੋਗੀ ਪਹਾੜੋਂ ਉੱਤਰ ਆਇਆ ਚਰਖੇ ਦੇ ਕੋਲ ਜਾ ਬੈਠਾ, ਚਰਖੇ ਦੀ ਕੂਕ ਪੈਣ ਚਿਤਾ ਕੋਲ ਜਾ ਬੈਠਾ, ਲੋਹੀ ਦੀ ਨੁੱਕਰ ਤੇ ਚਿਤਾ ਦੀ ਗੰਢ ਮਾਰ ਬਾਜ਼ਾਰ ਵਿੱਚ ਹੁੰਦਾ ਜਿਸਨੇ ਕਿਤੇ ਨਹੀਂ ਜਾਣਾ। ਸੋ ਇਹ ਜਿਹੜੀ ਫਿਲੋਸਫੀਕਲ ਪੋਇਟਰੀ ਦਾ ਇੱਕ ਦ੍ਰਿਸ਼ਮਈ ਨਜ਼ਾਰੇ ਦੇ ਵਿੱਚੋਂ ਗੁਜ਼ਰਦੀ ਆ, ਕਿਉਂਕਿ ਜਿਹੜੀ ਮਿਊਜ਼ੀਕਲਿਟੀ ਆ, ਸੰਗੀਤ ਆ, ਉਹਦੀ ਇਹ ਸੋਲ ਦੇ ਵਿੱਚ ਪਿਆ, ਉਸ ਕਵਿਤਾ ਦੀ ਸੋਲ ਬਣ ਰਿਹਾ ਵਾ ਇਹਦੇ ਵਿੱਚੋਂ। ਸਾਡੇ ਪੰਜਾਬੀ ਕਾਵਿ ਚਿੰਤਨ ਨੇ ਹੁਣ ਤੱਕ ਜਿਹੜੀਆਂ ਸੰਗੀਤ ਦੀਆਂ ਵਣਗੀਆਂ ਨੇ, ਉਹਦੀਆਂ ਜਿਹੜੀਆਂ ਹੋਰ ਜਿਹੜੀਆਂ ਵਰਾਇਟੀਜ਼ ਨੇ ਉਹਨਾਂ ਕਵਿਤਾ ਦੇ ਨਾਲ, ਉਹਨਾਂ ਦੇ ਬਾਰੇ ਵਿੱਚ ਸੋਚਣਾ, ਹੁਣ ਨਵੇਂ ਨਵੇਂ ਵਿਚਾਰਾਂ ਦੇ ਨਾਲ ਉਹਨਾਂ ਦੀ ਗੱਲ ਹੋਣੀ ਸ਼ੁਰੂ ਹੋਈ ਆ। ਸੋ ਇਹ ਕਵਿਤਾ ਮੈਂ ਸਮਝਾ ਕਿ ਇਹ ਕਵਿਤਾ ਮੈਂ ਜਿਵੇਂ ਸ਼ੁਰੂ ਚੁੱਕਿਆ ਸੀ, ਇਹ ਪ੍ਰਵਾਸ ਦੀ ਕਵਿਤਾ ਨਹੀਂ ਆ, ਅਸੀਂ ਪ੍ਰਵਾਸ ਨੂੰ ਕੈਟਾਗਰਾਈਜ਼ ਤੇ ਕਰ ਰਿਹਾ, ਪਰ ਇਹ ਇੱਕ ਬੜੇ ਵੱਡੇ ਪ੍ਰਵਾਸ ਦੀ ਕਵਿਤਾ ਵੀ ਆ। ਜਿਸ ਯਾਤਰਾ ਦੀ ਇਹ ਗੱਲ ਕਰ ਰਹੀ ਹੈ ਕਵਿਤਾ, ਉਹ ਅਸਲੀ ਪ੍ਰਵਾਸ ਜਿਹੜਾ ਆ ਪ੍ਰਵਾਸ ਦੀ ਵੀ ਗੱਲ ਕਰਦੀ ਹੈ। ਪ੍ਰਵਾਸ ਇਹ ਜੋਗ੍ਰਾਫਿਕਲ ਯਾਤਰਾ ਦੀ ਗੱਲ ਨਹੀਂ ਕਰਦੀ, ਖਾਸ ਤਰ੍ਹਾਂ ਦੀ ਜਿਹੜੀ ਯਾਤਰਾ ਆ ਉਹਦੀ ਇੱਕ ਪ੍ਰਵਾਸੀ ਕਵਿਤਾ ਆ, ਜਿਹੜਾ ਸੰਸਾਰ, ਜਿਹੜੀਆਂ ਸ੍ਰਿਸ਼ਟੀ ਜਾਂ ਸ੍ਰਿਸ਼ਟੀਆਂ ਦੇ ਪੂਰਨ ਹੋਣ ਨੂੰ ਜਿਹੜੀ ਇਹਨਾਂ ਦੀ ਇੱਕ ਕਵਿਤਾ ਆ ਉਹਦੇ ਨਾਲ ਮੈਂ ਸਮਾਪਤ ਕਰੂੰਗਾ ਇਹ ਸਾਰਾ ਵਿਚਾਰ ਚਰਚਾ। ਭੀਖੂ ਕਿਸੇ ਪਿਛਲੇ ਜਨਮ, ਤੂੰ ਸੋਹਣ ਮ੍ਰਿਗ ਤੇ ਮੈਂ ਰਾਜ ਹੰਸਣੀ, ਤੂੰ ਸਾ ਤਿੰਨ ਰੁੱਤਾਂ ਵਿੱਚ ਬੱਝਿਆ ਤੇ ਮੈਂ ਰੁੱਤਾਂ ਦੇ ਖੰਡਾਂ ਕਰਨ ਦੀ ਆਦੀ, ਤੂੰ ਤੁਰਦਾ ਪਰਛਾਵੇਂ ਤੇਰਾ ਪਿੱਛਾ ਕਰਦੇ ਮੈਂ ਧੁਣੀਆਂ ਮਗਰ ਭੱਜਦੀ, ਆਵਾਜ਼ਾਂ ਮੈਨੂੰ ਛੇੜਦੀਆਂ ਤੇਰੀ ਛਾਤੀ ਚ ਅਸੰਖ ਹਿਮਾਲਾ, ਉੱਤਰ ਦੇ ਜੁਦਾ ਹੁੰਦੇ ਪੁਨਰ ਜਨਮ ਚ ਤੇਰੇ ਕਾਸੇ ਅੰਦਰ ਸੰਸਾਰ ਮੁੱਧਾ ਵੱਜਿਆ ਹੈ, ਮੇਰੀਆਂ ਤਲੀਆਂ ਤੇ ਸ੍ਰਿਸ਼ਟੀ ਸਾਹ ਲੈਂਦੀ ਹੈ, ਚੁੱਪ ਦੇ ਵਿਸਥਾਰ ਲਈ ਸ਼ੂਨਿਆਂ ਵਿੱਚ ਵਿਸਤਾਰ, ਆ ਛੇੜੀਏ ਕੋਈ ਤਾਣ ਗਾਈਏ ਕਲਿਆਣ ਗਾਣ, ਸਭ ਕਾ ਮੰਗਲ ਹੋਏ ਰੇ ਸਭ ਕਾ ਮੰਗਲ ਹੋਏ। ਬਹੁਤ ਬਹੁਤ ਧੰਨਵਾਦ, ਬਹੁਤ ਖੂਬ, ਬਹੁਤ ਬਹੁਤ ਸ਼ੁਕਰੀਆ। ਔਰ ਡਾਕਟਰ ਪ੍ਰਵੀਨ ਜੀ, ਤੁਸੀਂ ਜਿਸ ਪੱਧਰ ਦਾ
ਇੰਨਾ ਗਹਿਰਾ ਔਰ ਇੰਨਾ ਮਾਈਕਰੋ ਜੋ ਤੁਸੀਂ ਸਟੱਡੀ ਕੀਤੀ ਔਰ ਇਸ ਮਾਈਕਰੋ ਸਟੱਡੀਜ਼ ਦੇ ਵਿੱਚੋਂ ਜੋ ਤੁਸੀਂ ਪੈਡਾਗੋਜੀਕਲੀ ਥੋਟਸ ਪੈਦਾ ਕੀਤੇ ਨੇ ਉਹ ਆਪਣੇ ਆਪ ਦੇ ਵਿੱਚ ਹੀ ਇਸ ਸੰਵਾਦ ਨੂੰ ਇੱਕ ਨਵੇਂ ਸਟਰਕਚਰਲ ਪੁਆਇੰਟ ਆਫ ਵਿਊ ਤੋਂ ਇੱਕ ਨਵੇਂ ਆਸਪੈਕਟ ਤੋਂ ਪਾਠਕ ਨੂੰ ਸ਼ਰੋਤੇ ਨੂੰ ਸਮਝਣ ਦੇ ਲਈ ਇੱਕ ਆਪਣਾ ਖਾਸ ਜਿਹੜਾ ਰੋਲ ਹੈ ਉਹ ਅਦਾ ਕਰਨਗੇ ਔਰ ਤੁਸੀਂ ਬਿਲਕੁਲ ਗੱਲ ਸਹੀ ਕੀਤੀ ਕਿ ਇਹ ਉਸ ਪ੍ਰਵਾਸ ਦੀ ਗੱਲ ਨਹੀਂ ਹੈਗੀ ਜਿਹਦੇ ਵਿੱਚ ਜੋਗ੍ਰਾਫਿਕਲੀ ਚੀਜ਼ਾਂ ਪਈਆਂ ਨੇ ਨਹੀਂ ਬੰਦੇ ਦਾ ਆਪਣੇ ਆਪ ਤੋਂ ਜਿਹੜਾ ਉਸਦੇ ਅੰਦਰ ਜੋ ਰੀਅਲਾਈਜੇਸ਼ਨ ਆਫ ਕਨਸੈਪਟ ਹੈਗਾ ਉੱਤੋਂ ਜਿਹੜੀ ਉਹਦੀ ਉਡਾਨ ਹੈ ਉਸ ਮਨ ਦੀ ਅਵਸਥਾ ਦੀ ਗੱਲ ਹੋ ਰਹੀ ਔਰ ਜਿਵੇਂ ਕਿ ਤੁਸੀਂ ਕਿਹਾ ਕਿ ਇਹੋ ਜਿਹੀ ਕਵਿਤਾ ਨੂੰ ਕਿਸੇ ਖਾਸ ਟੈਂਡੈਂਸੀਜ਼ ਦੇ ਨਾਲ ਬੰਨਣਾ ਜਾਂ ਇਸਦਾ ਕੋਈ ਥਾਂ ਨਿਸ਼ਚਿਤ ਕਰਨਾ ਇਹ ਵੀ ਬੜਾ ਔਖਾ ਕੰਮ ਹੈ ਔਰ ਕਿਉਂਕਿ ਪ੍ਰਕਿਰਤੀ ਮਨੁੱਖ ਭਾਸ਼ਾ ਆਭਾਸ਼ਾ ਇਹਨਾਂ ਸਾਰਿਆਂ ਦਾ ਇੱਕ ਮਿਸ਼ਰਤ ਰੂਪ ਹੈ ਔਰ ਇਸ ਮਿਸ਼ਰਤ ਰੂਪ ਦੇ ਵਿੱਚੋਂ ਹੀ ਜਦੋਂ ਭੀਖੂ ਬਾਹਰ ਆਉਂਦਾ ਹੈ ਜਿਸ ਨੂੰ ਬਰਾੜ ਸਾਹਿਬ ਹੋਣਾ ਨੇ ਟਰਾਂਸਫਰਮੇਸ਼ਨਲ ਭੀਖੂ ਕਿਹਾ ਹੈਗਾ ਜਿਹੜਾ ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਪੁਨਰ ਪ੍ਰਭਾਸ਼ਿਤ ਕਰ ਰਿਹਾ ਹੈ ਔਰ ਸ਼ਾਇਰ ਵੀ ਇਹੀ ਚਿੰਤਾ ਕਰਨ ਦਾ ਯਤਨ ਕਰ ਰਿਹਾ ਔਰ ਸ਼ਾਇਰ ਬਾਰ-ਬਾਰ ਆਪਣੀ ਵਿੱਚ ਚਾਹੇ ਉਹ ਤਨਵੀਰ ਤਮੰਨਾ ਜੀ ਹੋ ਰਹੀ ਨੇ ਚਾਹੇ ਪਰਮਿੰਦਰ ਸੋਢੀ ਜੀ ਹੋ ਰਹੀ ਨੇ ਉਹਨਾਂ ਨੇ ਵੀ ਇਹ ਗੱਲ ਆਪਣੀ ਭੂਮਿਕਾ ਦੇ ਵਿੱਚ ਹੀ ਸਪਸ਼ਟ ਕੀਤੀ ਔਰ ਕਵਿਤਾ ਦੇ ਵਿੱਚ ਵੀ ਇਹ ਖਾਸ ਤਰ੍ਹਾਂ ਦਾ ਅਨੁਭਵ ਵੀ ਉੱਭਰ ਕੇ ਸਾਹਮਣੇ ਆਇਆ ਹੈਗਾ ਕਿ ਜਿਹੜਾ ਭੀਖੂ ਹੈ ਚੋਰ ਦਾ ਪ੍ਰਤੀਕ ਨਹੀਂ ਹੈਗਾ ਭੀਖੂ ਹਮੇਸ਼ਾ ਯਾਤਰੂ ਹੈਗਾ ਯਾਤਰਾ ਕਦੇ ਖਤਮ ਨਹੀਂ ਹੁੰਦੀ ਨਾ ਵਿਚਾਰਾਂ ਦੀ ਨਾ ਸਾਧਨਾ ਦੀ ਨਾ ਲਰਨਿੰਗ ਪ੍ਰੋਸੈਸ ਦੀ ਉਹਨਾਂ ਦੀ ਕਵਿਤਾ ਬੜੀ ਖੂਬਸੂਰਤ ਹੈ ਜਿਸ ਦੇ ਵਿੱਚ ਵੱਖ ਵੱਖ ਸਮੇਂ ਦੇ ਵਿੱਚ ਪਣਪੀਆਂ ਗਿਆਨ ਪ੍ਰਪਾਟੀਆਂ ਤੋਂ ਭੀਖੂ ਲਬਰੇਜ਼ ਹੋਣਾ ਲੋਚਦਾ ਹੈ ਸਿੱਖਣ ਸਿਖਾਉਣ ਦਾ ਜੋ ਪੂਰਾ ਪੂਰਾ ਸਾਡੇ ਅੰਦਰ ਇੱਕ ਜਿਹੜੀ ਸਮਰੱਥਾ ਪਈ ਹੈ ਉਹ ਵੀ ਨਾਲ ਨਾਲ ਚੱਲਦੀ ਹੈ ਕਿਉਂਕਿ ਭੀਖੂ ਜਿਵੇਂ ਕਿ ਪਹਿਲਾਂ ਹੀ ਕਹਿ ਚੁੱਕਿਆ ਕਿ ਕ੍ਰੋਧ ਦਾ ਪ੍ਰਤੀਕ ਨਹੀਂ ਹੈਗਾ ਤੇ ਸ਼ਾਇਰ ਆਪਣੇ ਉਸ ਅਨੁਭਵ ਵਿਸ਼ੇਸ਼ ਨੂੰ ਕਵਿਤਾ ਦੇ ਜ਼ਰੀਏ ਕਿਵੇਂ ਕਹਿੰਦਾ ਹੈ ਕਵਿਤਾ ਹੈਗੀ ਹੈ ਕਿ ਭੀਖੂ ਨਲੰਦਾ ਜਾ ਰੁਕਦਾ ਵੀ ਲੋਕ ਸ਼ਬਦ ਬਣ ਜਾਂਦੇ ਸ਼ਬਦ ਕਾਸਤ ਡਿੱਗਣ ਲੱਗਦੇ ਸ਼ਬਦਾਂ ਨਾਲ ਸਿੱਧੇ ਪੁੱਠੇ ਕੌਮੇ ਗੱਡੀਆਂ ਬਿਸਮੇ ਟੰਡੀਆਂ ਵੀ ਡਿੱਗਣ ਲੱਗਦੀਆਂ ਜਿਹਨਾਂ ਨੂੰ ਉਹ ਰਾਤ ਭਰ ਇੱਕ ਓਂਕਾਰ ਦੇ ਪਾਣੀਆਂ ਸੁੱਟਦਾ ਰਹਿੰਦਾ ਦਿਨ ਚੜ੍ਹਦੇ ਖਾਲੀ ਕਾਸੇ ਲੈ ਤਕਸ਼ਸ਼ੀਲਾ ਨੂੰ ਤੁਰ ਜਾਂਦਾ ਹੁਣ ਜਿਹੜਾ ਨਲੰਦਾ ਤੋਂ ਦੁਬਾਰਾ ਜਿਹੜਾ ਅਗਲਾ ਪੜਾਅ ਜਿਹੜਾ ਤਕਸ਼ਸ਼ੀਲਾ ਤੱਕ ਜਾਂਦਾ ਹੈਗਾ ਫਿਰ ਉਸ ਤਕਸ਼ੀਲਾ ਤੋਂ ਲੈ ਕੇ ਉਹੀ ਭੀਖੂ ਅੱਜ ਦੀ ਕੰਟੈਂਪਰਰੀ ਸੋਸਾਇਟੀ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਸਮੇਂ ਦਾ ਹਾਣ ਦਾ ਬਣਾਉਣ ਦੇ ਲਈ ਕਿਵੇਂ ਨਵੇਂ ਜਿਹੜੇ ਡਿਸਕੋਰਸਿਸ ਨੇ ਉਹਨਾਂ ਨਾਲ ਘੁਲ ਮਿਲ ਰਿਹਾ ਹੈ ਉਹ ਕਿਵੇਂ ਜਿਵੇਂ ਕਿ ਵਿਗਿਆਨ ਤੋਂ ਲੈ ਕੇ ਜਿਵੇਂ ਕਿ ਸ਼ਾਇਰ ਨੇ ਵੀ ਬੜਾ ਹੀ ਖੂਬਸੂਰਤ ਸਵਾਲ ਉਠਾਇਆ ਜਿਹੜਾ ਕਦੀ ਸਾਰਤਰ ਦਾ ਵੀ ਸੀ ਅੱਜ ਵੀ ਸਾਡੀ ਜਿਹੜੀ ਆਇਡੈਂਟੀ ਹੈ ਸਾਡਾ ਜਿਹੜਾ ਅਸਤਿਤਵ ਹੈ ਮਨੁੱਖ ਦੀ ਜਿਹੜੀ ਹੋਂਦ ਹੈ ਉਹ ਅੱਜ ਵੀ ਕੁਐਸਚਨ ਮਾਰਕ ਹੈ ਜੋ ਸ਼ਾਇਰ ਨੇ ਵੀ ਇਹ ਗੱਲ ਸਵਾਲ ਉਠਾਈ ਹੈ ਕਿ ਬੇਸ਼ੱਕ ਅਸੀਂ ਵਿਗਿਆਨਕ ਤਰੱਕੀ ਕਰਦਿਆਂ ਕਰਦਿਆਂ ਸੂਚਨਾ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਵੀ ਅਸੀਂ ਡਿਜੀਟਲ ਟੈਕਨੋਲੋਜੀ ਕਰਦੇ ਬਹੁਤ ਜ਼ਿਆਦਾ ਮੱਲਾਂ ਮਾਰ ਲਈਆਂ ਪਰ ਅਜੇ ਵੀ ਤੁਹਾਡਾ ਸਵਾਲ ਇਹੀ ਹੈ ਕਿ ਹੂ ਆਈ ਹੈ ਮੈਂ ਹਾਂ ਕੀ ਜੇਕਰ ਜਨਮ ਤੋਂ ਬਾਅਦ ਮਰਨਾ ਤੈਅ ਹੈ ਤਾਂ ਫਿਰ ਹਿੰਸਕ ਕਾਹਦੋਂ ਜਿਹੜਾ ਮਨੁੱਖ ਹੈ ਉਹ ਹਿੰਸਕ ਕਿਉਂ ਹੈ ਤਾਂ ਕਿਤੇ ਨਾ ਕਿਤੇ ਇਹ ਸਵਾਲ ਸ਼ਾਇਰ ਦੇ ਅਨੁਭਵ ਦੇ ਵਿੱਚ ਪੂਰੀ ਟੈਕਸ ਦੇ ਵਿੱਚ ਆਪਣੀ ਖਾਸ ਸਪੇਸ ਵੀ ਲੈ ਕੇ ਆ ਰਿਹਾ ਹੈ ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਪ੍ਰਵੀਨ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਇਸ ਕਵਿਤਾ ਦੇ ਪਿਛਲੇ ਬਰੀਕ ਨੁਕਤਿਆਂ ਨੂੰ ਚਾਹੇ ਉਹ ਗਿਆਨ ਸ਼ਾਸਤਰੀ ਪਰਪ ਨਾਲ ਜੁੜੇ ਹੋਣ ਚਾਹੇ ਉਹ ਨੈਚੁਰਲ ਬਿਊਟੀ ਨਾਲ ਜੁੜੇ ਹੋਣ ਚਾਹੇ ਉਹ ਕਵੀ ਦੀ ਆਸਥੈਟਿਕਸ ਨਾਲ ਜੁੜੇ ਹੋਣ ਜਾਂ ਉਸਦੀ ਸੌਂਦਰਿਆਤਮਕ ਅਨੁਭੂਤੀ ਨਾਲ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਇਸ ਦੀ ਮਾਈਕਰੋ ਸਟੱਡੀ ਦਾ ਜਿਹੜਾ ਇੱਕ ਮਿਸਾਲ ਹੈ ਉਹ ਸਾਡੇ ਸਨਮੁੱਖ ਰੱਖੀ ਹੈ ਹੁਣ ਮੇਰੀ ਗੁਜ਼ਾਰਿਸ਼ ਹੈ ਸਾਡੇ ਇਸ ਕਾਵਿ ਸੰਗ੍ਰਹਿ ਦੇ ਸਿਰਜਕ ਕਰਤਾ ਪਰਮਿੰਦਰ ਸੋਢੀ ਜੀ ਹੋਣਾਂ ਨੂੰ ਕਿ ਉਹ ਹੁਣ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਔਰ ਉਹਨਾਂ ਦੇ ਅਵਚੇਤਨ ਦੇ ਵਿੱਚ ਇਸ ਕਿਤਾਬ ਦੇ ਬਾਰੇ ਇਸ ਦੀ ਸਿਰਜਣ ਪ੍ਰਕਿਰਿਆ ਦੇ ਬਾਰੇ ਫੁਰਨਾ ਕਿਵੇਂ ਫੁਰਿਆ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਪਰਮਿੰਦਰ ਸੋਢੀ ਜੀ ਮੋਸਟ ਵੈਲਕਮ ਸਰ ਜੀ ਆਇਆਂ ਜੀ ਆਪਣਾ ਬਹੁਤ ਬਹੁਤ ਧੰਨਵਾਦ ਡਾਕਟਰ ਮਨੀਸ਼ ਜੀ ਅਸਲ ਚ ਆਪਣਾ ਡਾਕਟਰ ਰਜਿੰਦਰਪਾਲ ਬਰਾੜ ਉਹਨਾਂ ਨੇ ਤੇ ਡਾਕਟਰ ਪ੍ਰਵੀਨ ਉਹਨਾਂ ਨੇ ਮਤਲਬ ਕਿਤਾਬ ਬਾਰੇ ਕਮਾਲ ਦੀਆਂ ਗੱਲਾਂ ਕੀਤੀਆਂ ਤੇ ਬਹੁਤ ਸਾਰੀਆਂ ਜਿਹੜੀਆਂ
ਡਾਇਮੈਂਸ਼ਨ ਸੀਗੀਆਂ ਉਹ ਮੈਨੂੰ ਆਪ ਵੀ ਮੈਨੂੰ ਸੁਣ ਕੇ ਬਹੁਤ ਚੰਗਾ ਲੱਗਾ। ਬੜੀਆਂ ਉਹਨਾਂ ਨੇ ਨਵੇਂ ਤਰੀਕੇ ਨਾਲ ਇਸ ਕਿਤਾਬ ਬਾਰੇ ਗੱਲ ਕੀਤੀ ਅਤੇ ਮੇਰੀ ਦੋਨਾਂ ਵਿਦਵਾਨਾਂ ਨੂੰ ਬੇਨਤੀ ਹੈ ਕਿ ਕਦੇ ਟਾਈਮ ਮਿਲੇ ਅਤੇ ਕਿਤਾਬ ਬਾਰੇ ਇਹ ਜੋ ਕੁਛ ਤੁਸੀਂ ਬੋਲੇ ਦੋ ਦੋ ਤਿੰਨ ਤਿੰਨ ਸਫਿਆਂ 'ਚ ਲਿਖ ਕੇ ਸਾਨੂੰ ਇਹ ਦਿਓ ਤਾਂ ਕਿ ਇਹਨੂੰ ਕਿਤਾਬ ਬਾਰੇ ਕਿਤੇ ਅਸੀਂ ਇਹਦਾ ਇਸਤੇਮਾਲ ਕਰ ਸਕੀਏ। ਅਤੇ ਕਿਉਂਕਿ ਬਿਲਕੁਲ ਉਹਨਾਂ ਨੇ ਜਿਹੜੀ ਬਹੁਤ ਹੀ ਵੱਖਰੇ ਦ੍ਰਿਸ਼ਟੀ ਤੋਂ ਔਰ ਬੜੇ ਕਮਾਲ ਦਾ ਉਹਨਾਂ ਦਾ ਦੋਨਾਂ ਦਾ ਜਿਹੜਾ ਸੀ ਐਨਾਲਾਈਸਿਸ ਕਿਤਾਬ ਬਾਰੇ ਸੀ ਉਹਨਾਂ ਦਾ ਅਧਿਐਨ ਕੀਤਾ ਉਹਨਾਂ ਨੇ। ਮੈਨੂੰ ਆਪ ਨੂੰ ਵੀ ਬੜਾ ਕੁਛ ਨਵਾਂ ਪਤਾ ਲੱਗਾ ਅਤੇ ਕਿਉਂਕਿ ਲੇਖਕ ਬੜਾ ਕੁਛ ਆਪਣੇ ਜਿਹੜਾ ਉਹਦੇ ਸਬਕੌਂਸ਼ੀਅਸ ਹੁੰਦਾ ਅਚੇਤ ਬਾਰੇ ਉਹਨੂੰ ਵੀ ਪਤਾ ਨਹੀਂ ਹੁੰਦਾ ਉਹਦੇ ਬਾਰੇ ਕਿ ਉਹਦੇ ਅੰਦਰ ਕੀ ਚੱਲ ਰਿਹਾ ਹੁੰਦਾ। ਅਤੇ ਮੈਂ ਦੋਨਾਂ ਦਾ ਬਹੁਤ ਧੰਨਵਾਦ ਹੈ, ਧੰਨਵਾਦੀ ਹੈ ਅਤੇ ਆਪਣਾ ਬਹੁਤੀਆਂ ਗੱਲਾਂ ਜਿਹੜੀਆਂ ਨੇ ਉਹ ਕਿਤਾਬ ਬਾਰੇ ਬਹੁਤ ਸੋਹਣੀਆਂ ਹੋ ਗਈਆਂ ਨੇ। ਸਿਰਫ ਇੱਕ ਗੱਲ ਮੈਂ ਜਿਹੜੀ ਹੈ ਨਾ ਉਹ ਇਹ ਕਹਿਣੀ ਹੈ ਕਿ ਜਿਹੜੀ ਡਾਕਟਰ ਰਜਿੰਦਰਪਾਲ ਉਹਨਾਂ ਨੇ ਗੱਲ ਕਹੀ ਨਾ ਕਿ ਮੇਰੇ ਕੋਲ ਮਾਰਕਸਵਾਦੀ ਚੌਕਟਾ ਸੀ ਅਤੇ ਉਹ ਜਿਹੜਾ ਚੌਕਟਾ ਸ਼ਬਦ ਸੀ ਨਾ ਜਿਹੜਾ ਉਹ ਉੱਥੇ ਮੈਂ ਥੋੜ੍ਹਾ ਜਿਹਾ ਰੁਕਿਆ ਮੈਂ ਉਹ ਇਸ ਕਰਕੇ ਕਿ ਜਿਹੜੀ ਇਹ ਜਿਹੜਾ ਮੇਰਾ ਭਿੱਖੂ ਹੈ ਨਾ ਉਹ ਅਸਲ ਵਿੱਚ ਜ਼ੇਨ ਬੁੱਧੀਜ਼ਮ ਦਾ ਭਿੱਖੂ ਹੈ। ਉਹ ਸਾਫ਼ ਸਪਸ਼ਟ ਸ਼ਬਦਾਂ 'ਚ ਉਹ ਜਿਹੜਾ ਹੈ ਭਿੱਖੂ ਜਿਹੜਾ ਹੈ ਉਹ ਮਨੁੱਖ ਮੂਲ ਤੌਰ 'ਤੇ ਉਹ ਘੁਮੱਕੜ ਹੈ। ਉਹ ਜਿਹੜੀ ਉਹਦੇ ਅੰਦਰ ਘੁੰਮਣ ਫਿਰਨ ਦੀ ਦੁਨੀਆਂ ਨੂੰ ਐਕਸਪਲੋਰ ਕਰਨ ਦੀ ਉਹਦੇ ਅੰਦਰ ਪ੍ਰਵਿਰਤੀ ਪਈ ਹੈ ਉਹਦੀ ਇੱਕ ਡਾਇਮੈਂਸ਼ਨ ਹੈ ਇਹ ਭਿੱਖੂ ਹੈ ਇਹ। ਅਤੇ ਭੂਮਿਕਾ 'ਚ ਮੈਂ ਉਹਦੇ 'ਚ ਸੂਫੀਆਂ ਦੇ ਔਰ ਗੁਰਬਾਣੀ ਦੇ ਔਰ ਕਿੱਸਾਕਾਰਾਂ ਦੇ ਉਹ ਵੀ ਸਲੋਕ ਵੀ ਕੋਡ ਕੀਤੇ ਨੇ ਇਹਦੇ ਬਾਰੇ। ਅਤੇ ਇਹ ਜਿਹੜਾ ਜ਼ੇਨ ਭਿੱਖੂ ਹੈ ਮੇਰਾ ਇਹਦੀ ਜਿਹੜੀਆਂ ਬਹੁਤ ਸਾਰੀਆਂ ਇਹਦੀਆਂ ਜਿਹੜੀਆਂ ਕੁਆਲਿਟੀਜ਼ ਨੇ ਨਾ ਇਹਦੀਆਂ ਇਹਦੀ ਉਹਨਾਂ 'ਚੋਂ ਇੱਕ ਕੁਆਲਿਟੀ ਇਹ ਹੈ ਕਿ ਇਹ ਹਰ ਚੌਕਟੇ ਤੋਂ ਬਾਹਰ ਹੋ ਕੇ ਸੰਸਾਰ ਨੂੰ ਦੇਖਣਾ ਚਾਹੁੰਦਾ ਹੈ। ਇਹ ਚੌਕਟੇ ਬਦਲਦੇ ਰਹਿੰਦੇ ਆ, ਆਦਮੀ ਬਦਲਣ ਨਾਲ ਚੌਕਟਾ ਬਦਲ ਜਾਏਗਾ, ਸਮਾਂ ਔਰ ਜਿਹੜਾ ਸਪੇਸ ਸਥਾਨ ਹੈ ਬਦਲਣ ਨਾਲ ਚੌਕਟੇ ਬਦਲਦੇ ਰਹਿਣਗੇ। ਲੇਕਿਨ ਇਸ ਭਿੱਖੂ ਦਾ ਚੈਲੰਜ ਇਹ ਹੈ ਕਿ ਉਹਦਾ ਜਿਹੜਾ ਪਹਿਲਾ ਸੂਤਰ ਹੈ ਜ਼ੇਨ ਭਿੱਖੂ ਦਾ ਉਹ ਹੇਅਰ ਐਂਡ ਨਾਓ ਹੈ ਕਿ ਹੁਣ ਤੇ ਇੱਥੇ ਨੰਗੇ ਧੜ ਸੱਚ ਨੂੰ ਮੈਂ ਸਾਹਮਣੇ ਕਿਵੇਂ ਦੇਖਦਾ ਤੇ ਉਹਨੂੰ ਕਿਵੇਂ ਫੇਸ ਕਰਦਾ। ਇਹ ਉਹਦਾ ਬਹੁਤ ਵੱਡਾ ਚੈਲੰਜ ਹੈ ਉਹਦਾ ਆਪਣੇ ਆਪ ਨੂੰ ਕਿ ਉਹ ਸੱਚ ਤੋਂ ਦੂਰ ਨਹੀਂ ਜਾਣਾ ਚਾਹੁੰਦਾ। ਇਸੇ ਕਰਕੇ ਉਹ ਪਰੰਪਰਾ ਨੂੰ ਉਸ ਤਰੀਕੇ ਨਾਲ ਫੋਲੋ ਨਹੀਂ ਕਰਦਾ। ਇੱਕ ਭਿੱਖੂ ਹੈ ਕਿਉਟੋ ਸ਼ਹਿਰ 'ਚ ਫਸ ਗਿਆ, ਠੰਡ ਸੀ ਤੇ ਮੰਦਰ ਵਾਲਿਆਂ ਨੇ ਦਰਵਾਜ਼ਾ ਨਹੀਂ ਖੋਲਿਆ। ਉਹ ਜਿਹੜੇ ਬਾਹਰ ਛੋਟੇ ਛੋਟੇ ਬੁੱਧ ਦੇ ਬੁੱਤ ਪਏ ਸੀ ਤੇ ਉਹਨਾਂ ਨੂੰ ਆਪਣਾ ਅੱਗ ਲਾ ਕੇ ਬਹਿ ਗਿਆ ਤੇ ਉਹ ਅੱਗ 'ਚ ਬੁੱਤ ਜਿਹੜੇ ਜਿੰਨੇ ਆਲੇ ਦੁਆਲੇ ਪਏ ਸੀ ਉਹ ਸੁੱਤੀ ਜਾਵੇ ਤੇ ਆਪਣਾ ਬੁੱਧ ਉਹ ਆਪਣਾ ਸੇਕਦਾ ਰਿਹਾ ਸਾਰੀ ਰਾਤ। ਸਵੇਰੇ ਜਦੋਂ ਅੰਦਰੋਂ ਪੁਜਾਰੀ ਬਾਹਰ ਨਿਕਲੇ ਤੇ ਉਹਨੂੰ ਗੁੱਸੇ ਹੋਏ ਉਹਨੂੰ ਮਾਰਨ ਲਈ ਭੱਜੇ ਤੇ ਉਹ ਕਹਿੰਦਾ ਵੀ ਜਿਉਂਦਾ ਬੁੱਧ ਜੇ ਲੱਕੜ ਦੇ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਸਰਦੀ ਤੋਂ ਬਚਾਉਣ ਲਈ ਇਸਤੇਮਾਲ ਕਰ ਲੈਂਦਾ ਤੇ ਇਹ ਜੀ ਕਿਹੜੀ ਬੁਰਾਈ ਹੈ। ਇਸ ਕਰਕੇ ਉਹ ਜਿਹੜਾ ਭਿੱਖੂ ਹੈ ਆਪਣੇ ਆਪ ਨੂੰ ਬੁੱਧ ਮੰਨ ਕੇ ਹੀ ਚੱਲਦਾ। ਉਹਨੂੰ ਸਿਰਫ ਇਹ ਲੱਗਦਾ ਕਿ ਮੇਰਾ ਜਿਹੜਾ ਬੁੱਧ ਕਿਤੇ ਗੁਆਚਿਆ ਹੋਇਆ ਉਹਨੂੰ ਉਸਦੀ ਉਹ ਤਲਾਸ਼ 'ਚ ਹੈ। ਤੇ ਦੂਸਰੀ ਗੱਲ ਇਹ ਕੋਈ ਜਿਹੜਾ ਆਪਣਾ ਮੈਨੂੰ ਅਫਸੋਸ ਹੈ ਕਿ ਤਨਦੀਪ ਤਮੰਨਾ ਹੋਰੀ ਇਸ ਵੇਲੇ ਨਹੀਂ ਨੇ ਉਹ ਜੇ ਕਿਉਂਕਿ ਟਾਈਮ ਦਾ ਉਹ ਸੀ ਮੇਰੀ ਇੱਛਾ ਸੀ ਉਹ ਵੀ ਆਪਣੀ ਕਵਿਤਾ ਬਾਰੇ ਬੋਲਦੇ ਤੇ ਇਸ ਕਰਕੇ ਉਹਨਾਂ ਦੀ ਕਵਿਤਾ ਬਾਰੇ ਮੈਂ ਬਹੁਤ ਜ਼ਿਆਦਾ ਨਹੀਂ ਗੱਲ ਕਰ ਸਕਦਾ। ਤੇ ਲੇਕਿਨ ਜਿਹੜਾ ਮੇਰਾ ਭਿੱਖੂ ਹੈ ਉਹ ਸਮਾਜ ਤੋਂ ਟੁੱਟਿਆ ਹੋਇਆ ਬਿਲਕੁਲ ਨਹੀਂ ਹੈ। ਜਿਹੜਾ ਜਪਾਨ ਦਾ ਜ਼ੇਨ ਬੋਧੀ ਭਿੱਖੂ ਹੈ ਉਹ ਸਮਾਜ ਦੇ ਅੰਦਰ ਵਿਚਰਦਾ, ਕਦੇ ਸਮਾਜ ਨੂੰ ਛੱਡ ਕੇ ਬਾਹਰ ਨਹੀਂ ਜਾਂਦਾ। ਉਹਨਾਂ ਦਾ ਇੱਕ ਮੁਹਾਵਰਾ ਹੈ ਕਿ ਜਿਹੜਾ ਅਨਾੜੀ ਸੰਤ ਹੈ ਜਿਹੜਾ ਉਹ ਪਹਾੜ ਪਰਬਤਾਂ 'ਚ ਅਲੋਪ ਹੋ ਜਾਂਦਾ। ਅਨਾੜੀ ਸੰਤ ਹੋਏਗਾ ਉਹ ਪਰਬਤਾਂ 'ਚ ਨਿਕਲ ਜਾਏਗਾ, ਉਹ ਪਹਾੜਾਂ 'ਚ ਅਲੋਪ ਹੋ ਜਾਏਗਾ। ਲੇਕਿਨ ਜਿਹੜਾ ਪਹੁੰਚਿਆ ਸੰਤ ਹੈ ਉਹ ਸ਼ਹਿਰ 'ਚ ਅਲੋਪ ਹੋ ਜਾਏਗਾ, ਉਹ ਆਮ ਲੋਕਾਂ 'ਚ ਰਲ ਮਿਲ ਜਾਏਗਾ ਤੇ ਉੱਥੇ ਉਹ ਆਪਣਾ ਕੰਮ ਕਰੇਗਾ ਉਹ ਜਿਹੜਾ ਉਹਨੇ ਜੋ ਉਹਨੂੰ ਠੀਕ ਲੱਗਦਾ ਉਹਨੂੰ ਤੇ ਆਪਣੇ ਗਿਆਨ ਨੂੰ ਆਮ ਲੋਕਾਂ ਦੇ ਅੰਦਰ ਮੱਛੀ ਮਾਰਕੀਟ ਹੈ ਜਿੱਥੇ ਉੱਥੇ ਬੈਠ ਕੇ ਉਹ ਆਪਣੇ ਗਿਆਨ ਦੀ ਗੱਲ ਕਰੇਗਾ। ਇਹ ਉਹਨਾਂ ਦਾ ਜਿਹੜਾ ਹੈ ਉਲਟ ਯਾਤਰਾ ਹੈ ਇਹਦੀ। ਤੇ ਇਹਦੇ 'ਚ ਇੱਕ ਗੱਲ ਮੈਂ ਜ਼ਿਆਦਾ ਲੰਬੀ ਨਹੀਂ ਕਰਨਾ ਚਾਹੁੰਦਾ, ਲੇਕਿਨ ਇਹਦੇ 'ਚ ਇੱਕ ਜ਼ੇਨ ਪੇਂਟਿੰਗਸ ਨੇ, 10 ਪੇਂਟਿੰਗਸ ਦੇ ਨਾਲ ਉਹ ਜ਼ੇਨ ਨੂੰ ਐਕਸਪਲੇਨ ਕਰਦੇ ਨੇ। ਉਹਦੇ 'ਚ ਇਹ ਹੈ ਕਿ ਪਹਿਲੀ ਉਹ ਜਿਹੜਾ ਭਿੱਖੂ ਹੈ ਜਾਂ ਬੰਦਾ ਹੈ ਉਹਦਾ ਬਲਦ ਗੁਆਚ ਗਿਆ ਤੇ ਉਹ ਜਿਹੜਾ ਬਲਦ ਹੈ ਉਹ ਆਪਣਾ ਲੱਭਣ ਲਈ ਪਹਿਲੀ ਪੇਂਟਿੰਗ 'ਚ ਬਲਦ ਗੁਆਚ ਗਿਆ, ਦੂਸਰੀ 'ਚ ਉਹ ਜੰਗਲ ਵੱਲ ਨੂੰ ਤੁਰ ਪਿਆ ਆਪਣਾ ਬਲਦ ਲੱਭਣ, ਤੀਸਰੀ 'ਚ ਉਹ ਜਿਹੜਾ ਹੈ ਜੰਗਲ ਦੇ ਅੰਦਰ ਗੁਆਚ ਗਿਆ
चौथी पेंटिंग यह है कि उन्होंने कितने पूछ नज़र आती है एक तो वह फिर उधर अपने बल्द वाल जाता तो पंजवीं पेंटिंग जाके वह अगली पेंटिंग अपने बल्द न देख लैंदा छेवीं च उस अपने बल्द न काबू कर लैंदा तो सत्तवीं चुनू बल्द न वापस लैके वह जंगल तो बहर वाल तुर पैंता तो अठवीं च आके वह जड़ा है वह जंगल तो बहर आ जाता तो नौवीं पेंटिंग के अंदर जाके वह बल्द के सवार है तो शहर वाल तुर पिया वह तो दसवीं पेंटिंग के अंदर फिर वह ना वो अपना बाजार के अंदर बैठा तो आराम अपना बंसरी बजा रहा बाजार वापसी यात्रा जी उल्ट यात्रा है अपने ज्ञान की यात्रा है वह जी ज्ञान प्राप्त करके उन्हें दोबारा समाज वापस आना तो यह उन्होंने सिर्फ फिलोसफी दल्ला नहीं ने ए बारे जुड़िया कहानियां एक मेरी किताब है बाबाणिया कहानियां वो जैन बुद्धिज्म जुड़िया ये जे उस्ताद लोग हुए है पिखू लोग हुए है उन्होंने कहानियां ने बाबाणिया कहानियां कदम मौका मिले तो पढ़ना तुम और यदि जी बहुत वड्डी उदाहरण मैं तुम्हें दिना कि ये जे जैन पिखू से जेडे बोधी जापान के अंदर जैन बोधि पिखू हर जगह हुए लेकिन जापानी बुद्ध बोधि पिखुआन जैन बोधि जैनिज्म जुड़े हुए हैं वो ये बुद्धिज्म की वक्री धारा है जी जापान के अंदर पैदा हुई है कन्फ्यूशियसिज्म और ताओइज्म और जापानी फोकलोर चो मिक्स हो के जी बुद्धिज्म मिक्स होने जी उन्हों की डिवेलपमेंट हुई है जैन बुद्धिज्म की उन्होंने वो वड्डी उदाहरण यह है कि वह फिर उन्होंने कविता के उत्ते बड़ा काम किया भिखुआ ने कविता के अंदर हाइकू सब तो पहला उन्होंने लिखी हाइकू कविता तांका कविता उन्होंने लिखी फिर उस तो बाद उन्होंने जी कैलीग्राफी है जापानी चित्रकारी है वो जी अज भी बेस्ट पेंटिंग्स ने इन भिखुआ दी बनाई हुई मिलती ने फिर जी इतों की नाच कला है जी काबूकी वगैरह उन्होंने बहुत वड्डा रोल है कि मैडीटेटिव रूप च तुसी अंतर ध्यान हो के नाच न उन्होंने नवी जिहड़ियां शेप्स दित्तियां उहदियां नवीं सिखरां छूईयां उन्होंने फिर नाटककारी के अंदर इस तरह फिर बर्तन साजी जिहड़ी अपना यह बर्तन उन्होंने भी मैडीटेशन जिहड़ी तुसी पिहू है वह अपनी जिहड़ी पूरी ज्ञान और पूरी सहज नूं उह नाल जदों कला क्रिएट करेगा बर्तन बनाएगा तो किस तरह के बर्तन बनाएगा इस तरह जी उन्होंने फ्लावरिंग है जी जापान की फ्लावर अरेजमेंट है सारे संसार च जाने जाता उन्होंने फुल सजावट की जी कला है वो अंदर उन्होंने बहुत वड्डा काम है इस तरह फिर चाह बनाने की कला द बुक ऑफ टी तो तुम सुनया होगा किताब का नाम चाह किस तरह बनाना है किस तरह पेश करना है तो फिर इतों तक कि युद्ध दी तकनीक कि जोड़ा योद्धा है उन्होंने किस तरीके लड़ना चाहिए उन्होंने हथियारों की वरतों किस तरीके करनी चाहिए है इस करके उन्होंने जोड़ा जे जापानी पिखू से वो समाज तो दूर जाके नहीं विचरे वो समाज के अंदर आए है वह एक बार वह यात्रा गए यात्रा से गए या अपने ज्ञान को हासिल करके दोबारा वह समाज च आए तो उत्थे उन्होंने आके काम किया जरा एक सिर्फ ये नुकता मैं जरा दसना सी अपने जरा मेरी कविता के अंदर जो भिखू है इस करके उस मेरा जो भिखू है मेरी कविता के अंदर वह समाज तो बिल्कुल बाहर नहीं जा रहा वो जंग हो रही है तो उन्होंने छू रहा वो उन्हों पता है कि सारा टेंपरेरी है क्योंकि बुद्ध ही है जो मेन विश्वास है जो अस्तित्व के तीन लक्षण जो बुद्ध ने दसे ने कि अनित दुख ते अनत यह संसार अनित है हर चीज अनित है इतने चलाई मान है तो दुख जो अनिवार्य अंग है मनुखी समाज का तो इस तरह अनत कि अपना सिर्फ सैल्फ नहीं होंगे अपना सैल्फ नहीं होंगे यू आर कनैक्टेड टू एवरीबॉडी कि तुसी सारे एक दूजे नाल असी संसार जुड़िया होया एक जाल दे अंदर असी विचरदे हां सो ये गल्लां असी सारियां जिहड़ियां मेरे भिखू दे मेरे अंतरमन च सी जदों मैं अपने भिखू दी कविता लिख रहा सी ते फिर भी मैं बहुत बहुत धन्नवादी हां और मैनूं बड़ा कुछ जानन बारे मिलिया डॉक्टर रजिंद्रपाल और अपना डॉक्टर प्रवीण उन्हां ने जिस तरीके नाल नवीं डायमेंशनस पंजाबी फोकलोर और होर बड़िया कुछ उन्होंने नवीं मैं सारे नोट कर लिया पॉइंट वो मेरे लिए बड़ा है बहुत खूबसूरत अनुभव से दोनों दोस्तों विद्वान दोस्तों सुनना मैं सारे का धनवादी हाँ तो खास करके मैं धनवादी हाँ भाई वीर सिंह सह सदन उन्होंने सरदार महेंद्र सिंह उन्होंने जिन्होंने पूरा लैक्चर सारा सुनिया शुरू तो लैके अखीर तक तो कदे मेरी इच्छा है कि मैं जरूर इन्हों को आवा तो सह सदन च जी इस किस्म के प्रोग्राम बनाते हैं कदम उन्होंने हिस्सा लवा सारे का बहुत बहुत धन्यवाद बड़ी मेहरबानी मोस्ट वेलकम दोस्तों सच जानो असी बड़ा मनीष कुछ कहना चाह रहे हैं मनीष कुछ कहना चाह रहे जी सर
क्योंकि प्रोग्राम हुन समाप्ति वाल है और बहुत बहुत शुक्रिया परमिंदर सोढी जी और बहुत कुछ कहा अनकहा हो जाता है लेकिन तुसी जिस बेबाकी ने अपना एक स्पष्टीकरण भी दिता है निरसंदेह इस भी देखने की लड़ है ताकि इस पुस्तक के बारे जो कोई लेख या कोई खोज पत्र छपे तो वह सारे सारे प्रोस्पैक्टिस भी देखे जो राइटर के अवचेतन कि अजे भी बने हुए हैं जो अजे भी उन्होंने स्मृतियों के स्टोर हुए पे ने सो बहुत बहुत शुक्रिया और मैं गुजारिश करूँगा डॉक्टर महेंद्र सिंह जी डायरेक्टर भाई वीर सिंह साहे सदन कि अज के साडे मुख बुलारे और साडे नामवर शायर परमिंदर सोढी जी होना का बारे जो कमेंट सुरिंदर पाल सिंह और अपने प्रवीण और नौजवान दोस्त दे कमेंट सुन के समझ आया मेरी छोटी जी राय है कि जरा जापानी भिक्षु है और बाबा नानक के काफी नेड़े है बाबा नानक भ्रमण करके वापस आए आखिरी उम्र खेती करके दिखाई कि मैं समाज से बोझ नहीं बनता तजर्बे करके वापस आया तो इस करके वो बाबा नानक सवाल से तुम पता होना है कि जो मिलेंगे हिमालय में तो कहते साडे नाल क्यों नहीं ज्वाइन करता क्यों कहते तुम आ गए छड़ के समाज में कहते समाज जरा इज नॉट वर्थ लिविंग तो कहते शाम भुखले थे कितने जाते हो फिर तुम कहते मंगन जाने भिक्षु बन गए ना फिर भिक्षु भी कंप्लीट ना हो ना जो भिक्षु भुख लगती है तो भिक्षु मंगन ही जाना चाहिए ना कहीं समाज से बोझ तो होया कि नहीं होया सो आई थिंक मैं वो चंगा लगे मॉडल जरा सब कुछ सीख के वापस आके अपने टिकाने अपनी ड्यूटी करो समाज ना निभाओ एनी वे मैं धन्यवाद करना चाहवागा किताब के दोनों लेखकों का परमिंदर सोढी का तमन्ना संदीप तमन्ना का जिन्होंने सानू मौका दिता यह चर्चा करन दा इन एबसेंशिया असी तमन्ना जी दे धन्नवाद करदे आ आस है कदी उन्हां दे दर्शन हो सकणगे ते मैं धन्नवाद करदा दोनों बुलारियां दा जिन्होंने बड़े वधिया तरीके नाल रिंदरपाल सिंह दस्सिया कि मैं अपने मोटर च बाहर आके स्टडी करके दोबारा कुछ नवां सीख रहा परवीन होरां ने दस्सिया यह बहुत चंगा उपराला है ये उपराले करदे रहांगे चंगी गल है कि परमिंदर सोढी जो जापान तो ज्वाइन कर सके अगेन थोड़ा धन्यवाद जिवें जानते हो असी सदन में हरेक महीने दो फंक्शन करते भाई वीर सिंह जो सन वह अमृतसर में कोठी रेंदे सी जिन्हों कहते हैं अजकल भाई वीर सिंह निवास स्थान कुछ कारण करके भाई वीर सिंह संकोड़ दिता से असी वो भगत ने उन्हें बिल्कुल ही अपने अंदर बंद कर रख दिता सी असी थोड़े दोस्तों की मदद के नाल डॉक्टर वीर सिंह टीम के नाल असी कोशिश कर रहे हैं कि भाई वीर सिंह जो साहित सदन है साहित का सदन है भाई वीर सिंह नाम तो बनया हुआ लेकिन साहित की गल करते हैं हफ्ते दो फंक्शन दिल्ली होंगे तो हम पिछले जुलाई तो असी निवास स्थान अमृतसर वालों भी महीने में दो फंक्शन करने शुरू कर दते हैं पहला फंक्शन से भाई वीर सिंह की कविता बारे सुजीत पात्र ने फिर दूजा सीगा गुरबख्श सिंह प्रीतगढ़ी बारे बड़ा अजीब तजर्बा सी मार्क्सवादी ते भाई वीर सिंह टोटली एंटी मार्क्सिज्म जो भी कहो तो हम इस बारी कर रहे हैं नानक से नावलिस्ट बारे गल कर रहे हैं बड़ी हिम्मत करके असं कोशिश कर रहे हैं कि इस सदन जरा सब तरह के विचार का सुमेल हो यू आर ऑल वेलकम विद योर डिफरेंट आइडियोलॉजीज अगले तीन प्रोग्राम जो डॉक्टर वीर सिंह ने अनाउंस करने से उनके माता जी ठीक नहीं है असं अरदास करिए तंदुरुस्त हो तो प्रोग्राम मैं अनाउंस करना चाहवागा ता कि वक्त करके ज्वाइन कर सको पहला प्रोग्राम है 27 अगस्त 2021 लैक्चर ऑन गुरु तेग बहादुर इन पटना एंड बयान बाय हिमाद्री बैनर्जी एक सज्जन हैं जादवपुर यूनिवर्सिटी कलकत्ता के गुरु नानक चेयर के बहुत चेर मुखी रहे हैं उन्होंने बड़ी स्टडी की है सिख डायस्पोरा विद इन इंडिया आसाम तो रह के किन्ने जो सिख वसे हुए हैं उन्हें स्टडी की है और गुरु तेग बहादुर के ट्रैवल्स इन आसाम बारे गल करेंगे 3 सितंबर असी करांगे गुरु तेग बहादुर बारे डॉक्टर अमरजीत सिंह डॉक्टर सुखविंदर सिंह टॉक गुरु तेग बहादुर साहब से 10 सितंबर गुरु नानक सिंह नॉवलिस्ट से जिद
Dr. Sukhbir Kaur, jede nawe sade director, she'll be in conversation with Ambassador Navdeep Suri and Kuldeep Singh Suri. 17 July nu assi agli kitab hoegi Balbir Madhopuri di Black Cow. ਅਸੀਂ ਬੜੇ ਅਨਜਸਟ ਬੜੇ ਅਨਫੇਅਰ ਰਹੇ ਹਾਂ ਸਮਾਜ ਦੀ ਕੋਈ ਸ਼੍ਰੇਣੀ ਨਾਲ ਬੜੀ ਜ਼ਿਆਦਤੀ ਕੀਤੀ ਹੈ ਚੰਗੀ ਗੱਲ ਇਹ ਹੈ ਕਿ ਹੁਣ ਜ਼ਿਆਦਤੀ ਤਾਂ ਪਹਿਲਾਂ ਵੀ ਹੁੰਦੀ ਸੀਗੀ ਹੁਣ ਜ਼ਿਆਦਾ ਇਸ ਕਰਕੇ ਹੋ ਗਈ ਹੈ ਕਿ ਉਹਨਾਂ ਨੂੰ ਹਿੰਮਤ ਆਇਆ ਜ਼ਿਆਦਤੀ ਬਾਰੇ ਬੋਲਣ ਲਈ ਜ਼ਿਆਦਤੀ ਦੇ ਅਗੇਂਸ ਆਵਾਜ਼ ਉੱਠਣ ਲਈ ਇਸ ਕਿਤਾਬ ਬਾਰੇ ਚਰਚਾ ਕਰਾਂਗੇ ਅਤੇ ਫਿਰ 24 September ਨੂੰ ਅਸੀਂ ਇੱਕ ਹੋਰ ਲੈਕਚਰ ਹੋਏਗਾ ਡਾਕਟਰ ਸਾਗੂ ਦਾ ਗੁਰੂ ਤੇਗ ਬਹਾਦਰ ਇਨ ਈਸਟ ਇੰਡੀਆ ਤਾਂ ਬੇਨਤੀ ਕਰਾਂਗੇ ਜੇ ਤੁਹਾਨੂੰ ਵਕਤ ਮਿਲੇ ਸਾਡੇ ਨਾਲ ਜੁਆਇਨ ਕਰੋ ਤੁਹਾਡਾ ਬਹੁਤ ਧੰਨਵਾਦ ਬਹੁਤ ਕੁਝ ਸਿੱਖਣ ਨੂੰ ਮਿਲਿਆ ਥੈਂਕ ਯੂ ਵੈਰੀ ਮਚ ਅਗੇਨ ਥੈਂਕ ਯੂ